ਮੈਂ ਜਦੋਂ ਤੋਂ ਪੰਗੜਾ ਸਿੱਖਣਾ ਸ਼ੁਰੂ ਕੀਤਾ ਹੈ ਤੇ ਲਗਾਤਾਰ ਪੰਗੜਾ ਪਾ ਰਿਹਾ ਮੈਂ ਕਿ ਜੇ ਥੋੜੀ-ਬੋਟੀ ਐਕਸਰਸਾਈਜ਼ ਕਰਾਂਗੇ ਸਪੋਰਟਸ ਹੀ ਕਰਾਂਗੇ ਜਾਂ ਪੰਗੜੇ ਦੀ ਕਰਾਂਗੇ ਤੇ ਅਸੀਂ ਫਿੱਟ ਰਹਾਂਗੇ ਇਸ ਉਮਰ 'ਚ ਵੀ ਐਨੇ ਫਿੱਟ ਪਏ ਹਾਂ ਪੰਗੜਾ ਵਜਾ ਦੱਸ ਰਹੇ ਹਾਂ ਪਰ ਪੰਗੜਾ ਸ਼ੁਰੂਆਤ ਕਦੋਂ ਕੀਤੀ ਸੀ ਪੰਗੜਾ ਪਾਣਾ ਪ੍ਰਾਇਮਰੀ ਜੇ ਬੈਠੇ ਸਾਡਾ ਦੂਰ ਸੀ ਕਲਾਸਾਂ ਹਾਈ ਸਕੂਲ ਦੂਰ ਸੀ ਤੇ ਉੱਥੇ ਸਟੇਜ ਸਾਨੂੰ ਦਿਖਦੀ ਸੀ ਉੱਥੇ ਜਦੋਂ ਭੰਗੜਾ ਸਿੱਖਦੇ ਸੀ ਬੱਚੇ ਉਹ ਉਹਨਾਂ ਨੂੰ ਦੂਰੋਂ ਅਸੀਂ ਦੇਖਦੇ ਰਹਿੰਦੇ ਉਹ ਦੇਖਦੇ ਦੇਖਦੇ ਮੇਰੇ ਅੰਦਰ ਇਹ ਤਮੰਨਾ ਪੈਦੇ ਹੋਈ ਕਿ ਮੈਂ ਵੀ ਭੰਗੜਾ ਪਾਵਾਂ ਐਕਚੁਅਲੀ ਭੰਗੜੇ ਤੋਂ ਪਹਿਲਾਂ ਉਹਨਾਂ ਨੇ ਸਪੋਰਟਸ ਲਈ ਬੱਚੇ ਮੰਗੇ ਸੀ ਤੇ ਮੈਨੂੰ ਇਹ ਹੋ ਗਿਆ ਕਿ ਮੈਂ ਉਸ ਟੀਚਰ ਦੇ ਉਹੀ ਸਾਡੇ ਸਪੋਰਟਸ ਦੇ ਟੀਚਰ ਜੀ ਉਹੀ ਭੰਗੜੇ ਦੇ ਸੀ ਤੇ ਮੈਂ ਤਾਂ ਉਹਨਾਂ ਦੇ ਨੇੜੇ ਜਾਣਾ ਚਾਹੁੰਦਾ ਸੀ ਉਹ ਕਹਿੰਦੇ ਸੀ ਕਿ 101% ਤੁਸੀਂ ਆਪਣਾ ਦਿਓ ਜਿਹੜਾ ਕੰਮ ਕਰਨਾ ਮੇਰੇ ਸਰ ਜਦੋਂ ਜਿਹੜਾ ਐਕਸ਼ਨ ਕਰਦੇ ਸੀ ਸਭ ਤੋਂ ਪਹਿਲਾਂ ਮੈਂ ਉਹਨੂੰ ਕਰਕੇ ਦਿਖਾਉਂਦਾ ਸੀ ਪਹਿਲੀ ਵਾਰੀ ਮੈਂ ਭੰਗੜਾ ਮਤਲਬ ਉਹਨਾਂ ਦੇ ਵਿਆਹ ਦੇ ਵਿੱਚ ਵਰਦੀਆਂ ਪਾ ਕੇ ਉਸ ਟਾਈਮ ਤੇ ਪੂਰੀ ਡਰੈਸ ਅਪ ਹੋ ਗਈ ਜਿੱਥੋਂ ਮੈਂ ਸ਼ੁਰੂ ਕੀਤਾ ਸੀ ਜਿੱਥੇ ਸਾਡਾ ਉੱਥੇ ਆਪਣੇ ਸਕੂਲ 'ਚ ਜਾਂ ਕਾਲਜ 'ਚ ਉਦੋਂ ਇਹ ਭੰਗੜਾ ਇਹ ਭੰਗੜਾ ਨਹੀਂ ਸੀ ਜਿਹੜਾ ਇੱਥੇ ਚੰਡੀਗੜ੍ਹ ਹੈ ਭੰਗੜਾ ਤਾਂ ਇੱਕ ਕੋਈ ਐਕਸ਼ਨ ਹੈ ਉਹਨਾਂ ਤਾਂ ਭੰਗੜਾ ਕਹਿੰਦੇ ਐਕਚੁਅਲੀ ਭੰਗੜਾ ਕੋਈ ਡਾਂਸ ਨਹੀਂ ਹੈ ਇੰਜ ਦੇ ਵਿੱਚ ਉਹ ਚੀਕ ਐਕਸ਼ਨ ਹੈ ਜੰਮੂ ਕਸ਼ਮੀਰੀ ਐਕਸ਼ਨ ਕਰਨਾ ਹੁਣ ਜੰਮੂ ਕਸ਼ਮੀਰੀ ਕਿਉਂ ਹੈ ਕਿਉਂਕਿ ਜੰਮੂ ਕਸ਼ਮੀਰ ਦੇ ਡਾਂਸ ਦੇ ਵਿੱਚੋਂ ਐਕਸ਼ਨ ਲੈ ਕੇ ਉਹ ਆਪਣੇ ਭੰਗੜੇ ਦੇ ਵਿੱਚ ਪਾ ਲਿਆ ਆਪਣੇ ਸਟਾਈਲ ਨਾਲ ਮੈਂ ਕੱਲੇ ਭੰਗੜੇ ਦੀ じゃ ਉਹ ਇਹਦੀ ਨਹੀਂ ਗੱਲ ਕਰਦਾ ਜਿਹੜਾ ਵੀ ਡਾਂਸ ਹੈ ਉਹ ਡਾਂਸ ਹੈ ਜਦੋਂ ਤੁਹਾਡੀ ਪੂਰੀ ਬੋਡੀ ਅੰਦਰੋਂ ਤੁਹਾਡਾ ਮਨ ਦਿਲ ਦਿਮਾਗ ਤੇ ਬੋਡੀ ਸਾਰਾ ਡਾਂਸ ਕਰ ਦਿੰਦੀ ਕਿਉਂਕਿ ਜਦੋਂ ਮੈਂ ਸਿੱਖਣਾ ਸ਼ੁਰੂ ਕੀਤਾ ਉਹ ਤੋਂ ਭੰਗੜਾ ਨਹੀਂ ਸੀ ਉਹ ਤੋਂ ਹਾਰਵੈਸਟ ਡਾਂਸ ਉਹਨੂੰ ਕਿਹਾ ਗਿਆ ਸੀ ਕਿਸਾਨ ਦੇ ਜੋ ਕੰਮ ਕਰ ਹੈ ਉਹਦੇ ਨਾਲ ਮਿਲਾ ਕੇ ਸਾਰੇ ਐਕਸ਼ਨ ਕਰ ਕਰਕੇ ਕਿ ਜਦੋਂ ਉਹਨੂੰ ਕਾਮਯਾਬੀ ਮਿਲਦੀ ਸੀ ਜਾਂ ਉਹਨੂੰ ਜਦੋਂ ਪ੍ਰਾਪਤੀ ਹੁੰਦੀ ਸੀ ਉਸ ਤੋਂ ਬਾਅਦ ਉਹ ਖੁੱਲ ਕੇ ਨੱਚਦਾ ਆਦੀ ਦੇਖਿਆ ਜਾਵੇ ਤਾਂ ਪੰਜਾਬੀ ਮਾਂ ਬੋਲੀ ਨੂੰ ਕਿੱਥੇ ਦੇਖਦੇ ਹੋ ਸਟੈਂਡ ਪੰਜਾਬੀ ਬੋਲੀ ਤੁਸੀਂ ਹਾਲ ਦੇਖੋ ਵੀ ਮੈਂ ਪੰਜਾਬੀ ਦਾ ਪ੍ਰੋਫੈਸਰ ਹਾਂ ਤੇ ਮੈਂ ਊੜੇ ਮੈਂ ਊੜੇ ਵਾਲੇ ਦਾ ਕੈਦਾ ਨਹੀਂ ਪੜਿਆ ਮੈਂ ਇੱਕ ਨੰਬਰ ਕਿਤਾਬ ਨਹੀਂ ਪੜੀ ਮੈਂ ਦੋ ਨੰਬਰ ਕਿਤਾਬ ਨਹੀਂ ਪੜੀ ਮੈਂ ਸਿੱਧਾ ਤਿੰਨ ਨੰਬਰ ਕਿਤਾਬ ਪੜਨ ਲੱਗਿਆ ਤੀਸਰੀ ਕਲਾਸ ਰਿਲੀਸ਼ ਚਾਹੀਏ ਪੰਜਾਬੀ ਹੋਵੇ ਚਾਹੀਏ ਹਿੰਦੀ ਹੋਵੇ ਮੈਂ ਸਪੈਲਿੰਗ ਦੇ ਵਿੱਚ ਮੇਰਾ ਧਿਆਨ ਲੱਗਣਾ ਸ਼ੁਰੂ ਹੋ ਗਿਆ ਉਹਨੇ ਮੇਰੀ ਪੰਜਾਬੀ ਦੇ ਵਿੱਚ ਅੱਜ ਤੱਕ ਬਿੰਦੀ ਸਿਆਰੀ ਪਿਆਰੀ ਉਹਦੀ ਗਲਤੀ ਨਹੀਂ ਹੋਣੀ ਪੰਜਾਬੀ ਦੇ ਬਹੁਤ ਮਕਬੂਲ ਗੀਤਕਾਰ ਗੁਰਦਾਸ ਮਾਨ ਸਾਹਿਬ ਦੀਆਂ ਸਤਰਾਂ ਨੇ ਬਹਿ ਕੇ ਦੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ ਸੋ ਬਾਬੇ ਭੰਗੜਾ ਪਾਉਂਦੇ ਨੇ ਤੁਹਾਨੂੰ ਇੱਕ ਅਜਿਹੇ ਸ਼ਖਸ ਨਾਲ ਮਿਲਾਨਣ ਜਾ ਰਹੇ ਹਾਂ ਜਿਨ੍ਹਾਂ ਦੀ ਉਮਰ 60 ਸਾਲਾਂ ਤੇ ਅੱਜ ਵੀ ਭੰਗੜੇ ਦਾ ਕ੍ਰੇਜ਼ ਰੱਖਦੇ ਨੇ ਭੰਗੜੇ ਦੀਆਂ ਬਰੀਕੀਆਂ ਜਾਣਦੇ ਨੇ ਤੁਹਾਨੂੰ ਮਿਲਾਨੇ ਦਿਲਬਖ ਸਿੰਘ ਨਾਲ ਸੋ ਬਾਈ ਜੀ ਬਹੁਤ ਬਹੁਤ ਸਵਾਗਤ ਆ ਪਹਿਲਾਂ। ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ। ਜਿੱਥੋਂ ਮੈਂ ਗੱਲ ਆਪਾਂ ਸ਼ੁਰੂ ਕੀਤੀ ਸੀ ਕਿ ਰਾਸਮਾਨ ਸਾਹਿਬ ਦੀ 17 ਨੇ ਗਾਣਾ ਲਿਖਿਆ ਬਹਿ ਕੇ ਦੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ ਤੁਸੀਂ ਲੱਗਦੇ ਨਹੀਂ ਤੁਹਾਡੀ ਉਮਰ 60 ਸਾਲ ਹੋਏਗੀ। ਇਹ ਰਾਜ ਕੀ ਹੈ ਇਸ ਗੱਲ ਦਾ। ਇਹਦਾ ਪਹਿਲਾ ਰਾਜ ਦਾ ਭੰਗੜਾ ਹੀ ਹੈ ਜੀ। ਕਿਉਂਕਿ ਮੈਂ ਜਦੋਂ ਤੋਂ ਭੰਗੜਾ ਸਿੱਖਣਾ ਸ਼ੁਰੂ ਕੀਤਾ ਹੈ ਤੇ ਲਗਾਤਾਰ ਭੰਗੜਾ ਪਾ ਰਿਹਾ ਮੈਂ। ਭੰਗੜਾ ਪਾਉਣਾ ਦਾ ਮਤਲਬ ਇਹ ਨਹੀਂ ਕਿ ਪਰਫਾਰਮੈਂਸ ਕਰਨਾ। ਤੁਸੀਂ ਘਰੇੋਂ ਉੱਥੇ ਜੇ ਮਿਊਜ਼ਿਕ ਥੋੜਾ ਜਿਹਾ ਹੋ ਜਾਊਗਾ ਉਦੋਂ ਵੀ ਬੋਡੀ ਨੇ ਐਕਸ਼ਨ 'ਚ ਆ ਜਾਣਾ ਹੈ ਤੇ ਅਸੀਂ ਥੋੜਾ ਬਹੁਤ ਇੰਜੋਏ ਕਰ ਲੈਣਾ ਮਤਲਬ ਅਸੀਂ ਇਹ ਹੈ ਕਿ ਬੋਡੀ ਹੈਪਚੁਅਲ ਹੋ ਗਈ ਹੈ ਤੇ ਉਹ ਪੰਗੜੇ ਦਾ ਸਟੈਪ ਕਰੇ ਬਿਨਾਂ ਜਾਂ ਹਿਲ ਜੁਲ ਮਨਾ ਰਹਿ ਨਹੀਂ ਸਕਦੇ ਉਹ ਜੋ ਪਾਰਟਿਕੂਲਰ ਹੈ ਕਿ ਪਤਾ ਹੈ ਮੈਨੂੰ ਕਿ ਜੇ ਥੋੜੀ ਬਹੁਤ ਐਕਸਰਸਾਈਜ਼ ਕਰਾਂਗੇ ਸਪੋਰਟਸ ਹੀ ਕਰਾਂਗੇ ਜਾਂ ਪੰਗੜੇ ਦੀ ਕਰਾਂਗੇ ਤੇ ਅਸੀਂ ਫਿਟ ਰਹਾਂਗੇ ਤਾਂ ਉਸ ਵਾਸਤੇ ਵੀ ਮੈਂ ਕੋਸ਼ਿਸ਼ ਕਰਦੇ ਰਹਿਣਾ ਕਿ ਜੇ ਪੰਗੜੇ ਦਾ ਮੌਕਾ ਮਿਲ ਜੇ ਤਾਂ ਮੈਂ ਉਹ ਜਾਣ ਨਾ ਦੇਵਾਂ ਇਹ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਪੰਗੜੇ ਦਾ ਮੌਕਾ ਮਿਲੇ ਜਾਣ ਨਹੀਂ ਦੰਦੇ ਇਸ ਉਮਰ ਚ ਵੀ ਐਨੇ ਫਿੱਟ ਪਏ ਹਾਂ ਭੰਗੜਾ ਵਜਾ ਦੱਸ ਰਹੇ ਹਾਂ ਪਰ ਭੰਗੜਾ ਸ਼ੁਰੂਆਤ ਕਦੋਂ ਕੀਤੀ ਸੀ ਭੰਗੜਾ ਪਾਣ ਦੀ ਮੈਂ ਸ਼ੁਰੂਆਤ ਕੀਤੀ ਜੀ ਜਦੋਂ ਮੈਂ ਪ੍ਰਾਇਮਰੀ ਤੋਂ ਹਾਈ ਸਕੂਲ ਦੇ ਵਿੱਚ ਆਇਆ ਮੇਰੇ ਜਿਹੜੇ ਗੁਰੂ ਜੀ ਨੇ ਸਰਦਾਰ ਬਲਦੇਵ ਸਿੰਘ ਜੀ ਉਹ ਹਾਈ ਸਕੂਲ ਚ ਭੰਗੜਾ ਸਿਖਾਉਂਦੇ ਸੀ ਤੇ ਅਸੀਂ ਪ੍ਰਾਇਮਰੀ ਤੇ ਬੈਠੇ ਸਾਡਾ ਦੂਰ ਸੀ ਕਲਾਸਾਂ ਹਾਈ ਸਕੂਲ ਦੂਰ ਸੀ ਤੇ ਉੱਥੇ ਸਟੇਜ ਸਾਨੂੰ ਦਿਖਦੀ ਸੀ ਉੱਥੇ ਜਦੋਂ ਭੰਗੜਾ ਸਿੱਖਦੇ ਸੀ ਬੱਚੇ ਉਹਨਾਂ ਨੂੰ ਦੂਰੋਂ ਅਸੀਂ ਦੇਖਦੇ ਰਹਿੰਦੇ ਉਹ ਦੇਖਦੇ ਦੇਖਦੇ ਮੇਰੇ ਅੰਦਰ ਇਹ ਤਮੰਨਾ ਪੈਦੇ ਹੋਈ ਕਿ ਮੈਂ ਵੀ ਭੰਗੜਾ ਪਾਵਾਂ ਜਾਂ ਉਹ ਮੈਂ ਵੀ ਕਰਾਂ ਉਹ ਐਕਸ਼ਨ ਤੇ ਉਡੀਕਦਾ ਸੀ ਮੈਂ ਕਦੋਂ ਹਾਈ ਕਲਾਸ ਚ ਜਾਵਾਂ ਹਾਈ ਕਲਾਸ ਚ ਗਏ 6ਵੀਂ ਕਲਾਸ ਲੰਘ ਗਈ ਤੇ 7ਵੀਂ ਕਲਾਸ ਤੋਂ ਮੈਂ ਪਹਿਲਾਂ ਅਸੀਂ ਸੰਗਦੇ ਰਹਿੰਨਾ ਨਾ ਬੱਚੇ ਟੀਚਰ ਤੋਂ ਤੇ ਉਹ ਸੰਗ ਦੇ ਵਿੱਚ ਹਲੇ ਕੋਈ ਗੱਲ ਨਾ ਹੋਈ ਤੇ ਭੰਗੜੇ ਵਾਲੇ ਬੱਚੇ ਆਲਰੇਡੀ ਸੀ ਜਿਹੜੇ ਸੀਨੀਅਰ ਸੀ ਤੇ 7ਵੀਂ ਵੀ ਲੰਘ ਗਈ ਜਦੋਂ ਮੈਂ 8ਵੀਂ ਚ ਹੋਇਆ ਉਦੋਂ ਜਿਹੜੇ ਸੀਨੀਅਰ ਬੱਚੇ ਸੀ ਨਾ ਉਹ ਪਾਸ ਆਊਟ ਹੋ ਗਏ ਤੇ ਦੁਬਾਰਾ ਭੰਗੜੇ ਦੇ ਵਾਸਤੇ ਜਦੋਂ ਨਾਮ ਮੰਗੇਗੇ ਤੇ ਮੈਨੂੰ ਤਾਂ ਮੌਕਾ ਚਾਹੀਦਾ ਸੀ ਮੇਰੇ ਲਈ ਤਾਂ ਲਾਟਰੀ ਲਾਟਰੀ ਨਿਕਲੀ ਮੈਂ ਭਾਜ ਐਕਚੁਅਲੀ ਭੰਗੜੇ ਤੋਂ ਪਹਿਲਾਂ ਉਹਨਾਂ ਨੇ ਸਪੋਰਟਸ ਲਈ ਅੱਛਾ ਜੀ ਬੱਚੇ ਮੰਗੇ ਸੀ ਤੇ ਮੈਨੂੰ ਇਹ ਹੋ ਗਿਆ ਕਿ ਮੈਂ ਉਸ ਟੀਚਰ ਦੇ ਉਹੀ ਸਾਡੇ ਸਪੋਰਟਸ ਦੇ ਟੀਚਰ ਜੀ ਉਹੀ ਭੰਗੜੇ ਦੇ ਸੀ ਤੇ ਮੈਂ ਤਾਂ ਉਹਨਾਂ ਦੇ ਨੇੜੇ ਜਾਣਾ ਚਾਹੁੰਦਾ ਸੀ ਦੇ ਮੈਂ ਕੋਦਾਂ ਨਾਂ ਲਿਖਾਇਆ ਤੇ 스포츠 ਅਸੀਂ ਉਹਨਾਂ ਕਲ ਕਰਨਾ ਕਿ ਉਹ ਬਹੁਤ ਸਖਤ ਟ੍ਰੇਨਿੰਗ ਦਿੰਦੇ ਸੀ ਹਾਂ ਉਹਨਾਂ ਦਾ ਨਾ ਇੱਕ ਤਰੀਕਾ ਸਖਤ ਰਹਿੰਦਾ ਇਹ ਨਹੀਂ ਕਿ ਡਰਾਉਣ ਦਾ ਸੀ ਉਹ ਕਹਿੰਦੇ ਸੀ ਕਿ 101% ਤੁਸੀਂ ਆਪਣਾ ਦਿਓ ਜਿਹੜਾ ਕੰਮ ਕਰਨਾ ਤੇ ਉਸ ਕਰਕੇ ਸਾਡੇ 스포츠 ਵਾਲੇ ਬੱਚੇ ਦੌੜ ਗਏ ਅਸੀਂ ਦੋ ਜਣੇ ਰਹਿ ਗਏ ਇੱਕ ਮੁੰਡੇ ਨੂੰ ਮਤਲਬ ਘਰੋਂ ਬੜੀ سپورਟ ਸੀ ਕਿ ਉਹ ਖੇਡਾਂ 'ਚ ਜਾਵੇ ਤੇ ਸਾਡੇ ਘਰੋਂ ਕੋਈ ਇਹੋ ਜਿਹੀ سپورਟ ਮੈਨੂੰ ਹੈ ਨਹੀਂ ਸੀ ਪਰ ਮੈਂ ਤਾਂ ਉਹ ਕਿ ਮੈਂ ਇਹਨਾਂ ਦਾ ਖੇੜਾ ਨਹੀਂ ਛੱਡਣਾ ਤੇ ਮੈਂ ਤਾਂ ਲੱਗਿਆ ਰਿਹਾ ਫਿਰ ਸਾਡੇ ਹਡਮਰ ਸਾਹਿਬ ਨੇ ਕਹਤਾ ਵੀ ਦੋ ਮੁੰਡੇ ਰਹਿ ਗਏ ਚਲੋ ਤੁਸੀਂ ਛੱਡੋ ਪਰੇ ਤਾਂ ਫਿਰ ਉਹਨਾਂ ਨੇ ਭੰਗੜੇ ਦੀ ਜਿਹੜਾ ਨੋਟਸ ਲਾਇਆ ਤੇ ਮੈਂ ਭੰਗੜੇ ਚ ਲਿਖਾ ਤਾਂ ਮੈਂ ਹੁਣ ਫਿਰ ਉਹਨਾਂ ਕੋਲੇ ਜਾਣਾ ਤੇ ਉਥੇ ਉਥੇ ਬੱਚੇ ਕਾਫੀ ਰੇ ਸਾਡੀ ਟੀਮ ਵੀ ਬਣੀ ਤੇ ਸਾਡਾ ਘਟੋ ਘਟ ਮੇਰੇ ਖਿਆਲ ਤਿੰਨ ਮਹੀਨੇ ਸਾਡੀ ਟ੍ਰੇਨਿੰਗ ਚੱਲਦੀ ਰਹੀ ਕਿਉਂਕਿ ਸਾਰੇ ਨਵੇਂ ਸੀ ਤੇ ਮੇਰੇ ਸਰ ਜਦੋਂ ਜਿਹੜਾ ਐਕਸ਼ਨ ਕਰਦੇ ਸੀ ਸਭ ਤੋਂ ਪਹਿਲਾਂ ਮੈਂ ਉਹਨੂੰ ਕਰਕੇ ਦਿਖਾਉਂਦਾ ਸੀ ਇਹ ਚੀਜ਼ ਨੇ ਸਾਡੇ ਚ ਨੇੜਤਾ ਵੀ ਲਿਆਂਦੀ ਤੇ ਮੈਨੂੰ ਵੀ ਖੁਸ਼ੀ ਹੁੰਦੀ ਸੀ ਤੇ ਉਹ ਵੀ ਖੁਸ਼ ਹੁੰਦੇ ਸੀ ਵੀ ਇਹ ਸਭ ਤੋਂ ਪਹਿਲਾਂ ਇਹ ਐਕਸ਼ਨ ਕਰ ਲੈਂਦਾ ਤੇ ਸਾਡੀ ਟ੍ਰੇਨਿੰਗ ਚੱਲਦੀ ਰਹੀ ਤਿੰਨ ਮਹੀਨੇ ਤੇ ਤਿੰਨ ਮਹੀਨੇ ਚੱਲਦੇ ਆ ਇੰਨੇ ਫਿਰ ਉਹ ਸਕੂਲ ਦੇ ਵਿੱਚ ਇਲਜ਼ਾਮ ਆ ਜਾਂਦੇ ਤਿੰਨ ਮਹੀਨੇ ਵਾਲੇ 9 ਮਹੀਨੇ ਵਾਲੀ ਉਹ ਕਿਤੇ ਐਗਜ਼ਾਮ ਆ ਗਏ ਅਧਵਾਸਾ ਫਿਰ ਕਹਿੰਦੇ ਕਹਿੰਦੇ ਵੀ ਹੁਣ ਐਗਜ਼ਾਮ ਹੈ ਚਲੋ ਟ੍ਰੇਨਿੰਗ ਬੰਦ ਕਰ ਦਿਓ ਤੇ ਉਹ ਪੂਰੀ ਟੀਮ ਤਿਆਰ ਨਾ ਹੋਈ ਤਿਆਰ ਨਾ ਹੋਈ ਤੇ ਫਿਰ 2 ਸਾਲ ਇਸ ਤਰ੍ਹਾਂ ਲੰਘ ਗਏ 8ਵੀਂ 9ਵੀਂ 8ਵੀਂ 9ਵੀਂ ਇਸ ਤਰ੍ਹਾਂ ਤਿਆਰ ਕਰਕੇ ਲੰਘ ਗਏ ਇਨ ਦਾ ਮੀਨ ਟਾਈਮ ਕੀ ਹੋਇਆ ਕਿ ਜਿਹੜੇ ਸੀਨੀਅਰ ਬੱਚੇ ਨਿਕਲੇ ਸੀ ਉਹਨਾਂ ਨੇ ਕਿਤੇ ਪ੍ਰਾਈਵੇਟ ਕਿਤੇ ਵਿਆਹ ਚ ਭੰਗੜਾ ਪਾਉਣਾ ਸੀ ਤੇ ਉਹ ਮੇਰਾ ਭੰਗੜਾ ਦੇਖਣ ਜਦੋਂ ਰਹਿਸਲਾਂ ਦੇਖਣ ਆ ਜਾਂਦੇ ਸੀ ਕਦੇ-ਕਦੇ ਤੇ ਉਹਨਾਂ ਨੇ ਮੈਨੂੰ ਦੇਖ ਲਿਆ ਸੀ ਵੀ ਇਹਨੂੰ ਭੰਗੜਾ ਆਉਂਦਾ ਹੈ अच्छी ਤਰ੍ਹਾਂ ਉਹ ਮੈਨੂੰ ਨਾਲ ਲੱਗੇ ਆਪਣੇ ਫਿਰ ਅਸੀਂ ਪਹਿਲੀ ਵਾਰੀ ਮੈਂ ਭੰਗੜਾ ਮਤਲਬ ਉਹ ਉਹਨਾਂ ਦੇ ਵਿਆਹ ਦੇ ਵਿੱਚ ਵਰਦੀਆਂ ਪਾ ਕੇ ਉਸ ਟਾਈਮ ਤੇ ਪੂਰੀ ਡਰੈਸ ਅਪ ਹੋ ਗਏ ਤੇ ਉਹ ਭੰਗੜਾ ਪਾ ਕੇ ਅਸੀਂ ਉਹ ਮੇਰੇ ਅੱਜ ਤੱਕ ਯਾਦ ਹੈ ਤੇ ਮੈਨੂੰ ਉਦੋਂ ਜਿਹੜੀ ਖੁਸ਼ੀ ਹੋਈ ਸੀ ਬਸ ਮੈਂ ਉਹਦੇ ਬਾਰੇ ਦੱਸ ਨਹੀਂ ਸਕਦਾ ਤੇ ਫਿਰ ਨੌਵੀਂ ਕਲਾਸ ਤੋਂ ਬਾਅਦ ਦਸਵੀਂ ਆ ਗਈ ਦਸਵੀਂ ਤੱਕ ਐ ਉਹਨਾਂ ਨੇ ਨਹੀਂ ਕਿਉਂਕਿ ਦਸਵੀਂ ਸਾਡੇ ਵੈਸੇ ਹੀ ਹੁੰਦਾ ਕਿ ਔਖੀ ਕਲਾਸ ਹੈ ਜੀ ਐ ਉਹ ਹੈ ਤੇ ਐਂ ਦਸਵੀਂ ਲੰਗੀ ਪਰ ਮਾਸਟਰ ਜੀ ਸਾਡੇ ਨਾਲ ਹੀ ਲੱਗੇ ਰਹੇ ਇਨ ਟੱਚ ਰਹੇ ਕਦੇ ਅਸੀਂ ਕਲੱਬ ਬਣਾ ਲਏ ਮੇਰੇ ਸੀਨੀਅਰ ਬੱਚਿਆਂ ਨੇ ਗਈਆਂ ਨੇ ਫਿਰ ਅਸੀਂ ਉਹਦੇ ਚ ਭੰਗੜਾ ਪਾਉਂਦੇ ਰਹੇ ਫਿਰ ਉਸੇ ਕਲੱਬ ਤੋਂ ਮਤਲਬ 26 ਜਨਵਰੀ ਜਾਂ 15 ਅਗਸਤ ਜਿਹੜਾ ਦੋ ਫੰਕਸ਼ਨ ਸਕੂਲਾਂ ਦੇ ਮੇਜਰ ਹੁੰਦੇ ਹਨ ਨਾ ਤੇ ਉੱਥੇ ਭੰਗੜਾ ਅਸੀਂ ਉਹ ਕਲੱਬ ਨੂੰ ਵੀ ਪਾਇਆ ਮਤਲਬ ਜਿਹੜੇ ਦੂਸਰੇ ਸਕੂਲ ਚ ਜਾ ਕੇ ਜਿੱਥੇ ਮਨਾਉਂਦੇ ਆ ਉਹ ਸਾਰਾ ਇੱਕ ਇੱਕ ਜਗ੍ਹਾ ਤੇ ਮਨਾਉਂਦੀ ਹੈ ਨਾ ਉੱਥੇ ਪਾਇਆ ਉਹ ਡ्रेसेस ਵੀ ਅਸੀਂ ਆਪ ਹੀ ਤਿਆਰ ਕੀਤੀਆਂ ਉਦੋਂ ਹਾਂ ਉਹ ਤੇ ਗੋਟਾ-ਗੂਟਾ ਲਾਉਣਾ ਤੇ ਦਿਨ ਰਾਤ ਬੈਠ ਕੇ ਸੀ ਡ्रेसेस ਵੀ ਆ ਬਣਾਉਣੀਆਂ ਪੈਂਦੀਆਂ ਸੀ ਨਹੀਂ ਨਹੀਂ ਆ ਬਣਾਉਣੀਆਂ ਨਹੀਂ ਪੈਂਦੀਆਂ ਸੀ ਉਦੋਂ ਰਿਵਾਜ ਨਹੀਂ ਨਾ ਸੀ ਅੱਛਾ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਉੱਤੇ ਕਿਵੇਂ ਗੋਟਾ ਲਾਉਣਾ ਕਿਵੇਂ ਲਾਉਣਾ ਹੈ ਕਮੀਜ਼ ਤੇ ਚਾਦਰੇ ਉਹ ਤਾਂ ਟੇਲਰ ਤੋਂ ਸਲਾ ਲੇ ਜਿਹੜਾ ਉਦੋਂ ਜਿਹੜੇ ਪੱਗਾਂ ਦੇ ਫਰਲੇ ਹੁੰਦੇ ਸੀ ਉਹਨਾਂ ਤੇ ਵੀ ਗੋਟਾ ਲੱਗਦਾ ਸੀ ਤੇ ਜਿਹੜੇ ਜੈਕਟ ਹੁੰਦੇ ਸੀ ਇਹਨਾਂ ਤੇ ਵੀ ਗੋਟਾ ਲੱਗਦਾ ਸੀ ਉਹ ਗੋਟਾ ਸੀ ਫਿਰ ਆਪ ਲਾਇਆ ਬੈਠ ਕੇ ਸਰ ਹਾਂਜੀ ਤੇ ਉਹ ਉਸਨੇ ਵੀ ਬੜਾ ਬੂਸਟ ਅਪ ਕੀਤਾ ਤੇ ਟੀਚਰ ਮੇਰੇ ਖੁਸ਼ ਹੋਏ ਵੀ ਚਲੋ ਭੰਗੜਾ ਪਾਉਂਦੇ ਤਾਂ ਹੈ ਪਰ ਉਹਨਾਂ ਨਾਲ ਮੇਰਾ ਰਾਪਤਾ ਪੂਰਾ ਕਾਇਮ ਰਿਹਾ ਫਿਰ ਮੈਂ ਉਸ ਤੋਂ ਬਾਅਦ ਕਾਲਜ ਜਾ ਕੇ 4 ਸਾਲ ਭੰਗੜਾ ਪਾਇਆ 4 ਸਾਲ ਮੈਂ ਕਾਲਜ ਦੀ ਕੁਦਰਤੀ ਆ ਕਿ ਸਿਲੈਕਟ ਹੋ ਗਿਆ ਚਾਰੇ ਨਹੀਂ ਕਾਲਜ ਹੀ ਹੁੰਦਾ ਕਿ ਪਤਾ ਨਹੀਂ ਸਿਲੈਕਟ ਹੋਊਗਾ ਕਿ ਨਹੀਂ ਤੇ ਮੈਂ ਪ੍ਰੈਪ ਚੀ ਜਾ ਕੇ ਸਿਲੈਕਟ ਹੋ ਗਿਆ ਚਾਰ ਪ੍ਰੈਪ ਫਸਟ ਇਅਰ ਸੈਕੰਡ ਇਅਰ ਫਾਈਨਲ ਚਾਰੇ ਸਾਲ ਮੈਂ ਪੰਗੜਾ ਪਾਇਆ ਸੈਕੰਡ ਇਅਰ ਚ ਮੈਂ ਪੰਗੜੇ ਦਾ ਕੈਪਟਨ ਬਣ ਗਿਆ ਸੀ ਸਕੂਲ ਚ ਵੀ ਮੈਨੂੰ ਕੈਪਟਨ ਬਣਾਤਾ ਸੀ ਉਹਨਾਂ ਨੇ ਕਾਲਜ ਚ ਵੀ ਮੈਂ ਸੈਕਟਰੀ ਤੇ ਫਾਈਨਲ ਦੋ ਸਾਲ ਕੈਪਟਨ ਰਹਾ ਫਿਰ ਉਸ ਤੋਂ ਬਾਅਦ ਮੈਂ ਇੱਥੇ ਪੰਜਾਬ ਯੂਨੀਵਰਸਿਟੀ ਪੜਨ ਆ ਗਿਆ ਤੇ ਇੱਥੇ ਆ ਕੇ ਇੰਡੀਅਨ ਥੀਏਟਰ ਵੇਲੇ ਤਾਂ ਮੈਂ ਇੰਨੇ ਥੀਏਟਰ ਕਰਦਾ ਸੀ ਉਹ ਤੋਂ ਤਾਂ ਕੋਈ ਚੱਕ ਨਹੀਂ ਜਦੋਂ ਮੈਂ ਪੰਜਾਬੀ ਐਮਏ ਕਰਨ ਲੱਗਿਆ ਤਾਂ ਇੱਥੇ ਸ਼ਰਮਾ ਜੀ ਸਰਿੰਦੇ ਸ਼ਰਮਾ ਜੀ ਉਹ ਫਿਲਮਾਂ ਵਾਲੇ ਐਕਟਰ ਜਿਹੜੇ ਕਾਮੇਡੀਅਨ ਨੇ ਉਹ ਇੱਥੇ ਪੰਗੜਾ ਤਿਆਰ ਕਰਾਉਂਦੇ ਹੁੰਦੇ ਸੀ ਇੱਥੇ ਫਿਰ 2 ਸਾਲ ਉਹਨਾਂ ਨਾਲ ਪੰਗੜਾ ਮੈਂ ਪਾਇਆ ਤੇ ਯੂਨੀਵਰਸਿਟੀ ਟੀਮ ਦੇ ਵਿੱਚ ਫਿਰ ਉਹ ਪੰਗੜਾ ਪਾਉਂਦੇ ਪਾਉਂਦੇ ਮੇਰੀ ਇੱਥੇ ਜਾਣ ਪਛਾਣ ਹੋ ਗਈ ਕਿ ਈਵਨਿੰਗ ਕਾਲਜ 'ਚ ਪੰਗੜਾ ਪੈਂਦਾ ਹੁੰਦਾ ਸੀ ਅੱਛਾ ਜੀ ਉਹ ਮੁੰਡਿਆਂ ਨਾਲ ਜਾਂਛਣੇ ਮੈਂ ਉੱਥੇ ਵੀ ਉਹਨਾਂ ਨਾਲ ਪੰਗੜਾ ਪਾਉਂਦਾ ਸੀ ਉਹ ਕਰਦੇ ਕਰਦੇ ਮੇਰੀ ਜਾਣਛ ਉਹ ਐਜੂਕੇਸ਼ਨ ਬੋਰਡ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਚ ਸਰਵਿਸ ਕਰਦੀ ਸੀ ਉੱਥੇ ਇੱਕ ਮੇਰਾ ਹੁਣ ਦੋਸਤ ਹੈ ਉਹਨੇ ਉੱਥੇ ਭੰਗੜੀ ਟੀਮ ਤਿਆਰ ਕਰਾਈ ਸੀ ਉਹ ਮੇਰੇ ਖਿਆਲ 13 14 ਕੇ 15 ਜਾਨੇ ਭੰਗੜੇ ਵਾਲੇ ਸੀ ਤੇ ਜਦੋਂ ਉਹਨਾਂ ਨੇ ਕਿਤੇ ਪਰਫਾਰਮ ਕਰਨ ਜਾਣਾ ਉਹ 8 ਜਾਨੇ ਇਕੱਠੇ ਨਹੀਂ ਹੁੰਦੇ ਸੀ ਉਹ ਫਿਰ ਇੱਕ ਵਾਰੀ ਫਿਰ ਮੈਨੂੰ ਲੈ ਕੇ ਉਹ ਫਿਰ ਉਸ ਵਾਰ ਰੁਟੀਨ ਹੀ ਬਣ ਗਿਆ ਜਦੋਂ ਕਿਤੇ ਜਾਣਾ ਹੁੰਦਾ ਮੈਨੂੰ ਬੁਲਾ ਲੈਂਦੀ ਸੀ ਉਹ ਬਣ ਗਿਆ ਸੀ ਉਹ ਹਾਂ ਫਿਰ ਉਹਨਾਂ ਦੇ ਨਾਲ ਮੈਂ ਬਹੁਤ ਭੰਗੜਾ ਪਾਇਆ ਉੱਥੋਂ ਇਹਨਾਂ ਨੂੰ ਪਤਾ ਲੱਗਿਆ ਏਜੀ ਪੰਜਾਬ ਵਾਲਿਆਂ ਨੂੰ ਫਿਰ ਇਹਨਾਂ ਨਾਲ ਵੀ ਭੰਗੜਾ ਪਾਇਆ ਮੈਂ ਮਤਲਬ ਵੱਖ-ਵੱਖ ਗਰੁੱਪਾਂ ਨਾਲ ਇਹ ਤੇ ਹਰ ਨਾਲ ਭੰਗੜਾ ਪਾ ਲੈਂਦੇ ਕਿਉਂਕਿ ਜਿੱਥੋਂ ਮੈਂ ਸ਼ੁਰੂ ਕੀਤਾ ਸੀ ਜਿੱਥੇ ਸਾਡਾ ਉਥੇ ਆਪਣੇ ਸਕੂਲ 'ਚ ਜਾਂ ਕਾਲਜ 'ਚ ਉਦੋਂ ਇਹ ਭੰਗੜਾ ਇਹ ਭੰਗੜਾ ਨਹੀਂ ਸੀ ਜਿਹੜਾ ਇੱਥੇ ਚੰਡੀਗੜ੍ਹ ਹੈ ਤੇ ਉਦੋਂ ਅਸਲ 'ਚ ਇਹ ਹੈਗਾ ਹਾਰਵੈਸਟ ਡਾਂਸ ਸਾਡੇ ਉਥੇ ਹਾਰਵੈਸਟ ਡਾਂਸ ਤੇ ਵੀ ਮੈਂ ਸਿੱਖਿਆ ਸੀ ਸ਼ੁਰੂ 'ਚ ਵੀ ਕਿ ਕਿਸਾਨ ਉੱਠਦਾ ਹੈ ਖੇਤਾਂ 'ਚ ਜਾਂਦਾ ਹੈ ਖੇਤੀਬਾੜੀ ਕਰਦਾ ਹੈ ਫਸਲ ਬੀਜਦਾ ਹੈ ਫਸਲ ਉਖੜਦੀ ਆ ਕੱਟਦਾ ਹੈ ਵੇਚਦਾ ਹੈ ਫਿਰ ਖੁਸ਼ੀ ਮਨਾਉਂਦਾ ਹੈ ਮੀਲੇ ਤੇ ਜਾਂਦਾ ਹੈ ਉਹ ਪੰਗੜਾ ਤੇ ਮੀਲੇ ਚ ਜਾ ਕੇ ਖੁੱਲਾ ਪੰਗੜਾ ਪਉਂਦਾ ਉਹ ਇਸ ਨਾਲ ਇੱਕ ਕਹਾਣੀ ਚੱਲ ਕੇ ਪੰਗੜਾ ਪੈਂਦਾ ਸੀ ਪਰ ਚੰਡੀਗੜ੍ਹ ਆ ਕੇ ਮੈਂ ਦੇਖਿਆ ਇੱਥੇ ਇਹ ਪੰਗੜਾ ਥੋੜਾ ਹੋਰ ਸਟਾਈਲ ਦਾ ਸੀ ਕਿਉਂਕਿ ਜਿਹੜੀ 56 ਚ ਦਿੱਲੀ 26 ਰਵੀ ਤੇ ਟੀਮ ਗਈ ਸੀ ਨਾ ਇੱਥੇ ਇੱਥੇ ਉਹਦਾ ਪ੍ਰਭਾਵ ਸੀ ਅੱਛਾ ਤੇ ਉਹਨਾਂ ਨੇ ਮਤਲਬ ਉਹ ਸਟੋਰੀ ਵਾਲਾ ਪੰਗੜਾ ਛੱਡ ਕੇ ਇਹਨਾਂ ਨੇ ਅੱਡ ਦੂਜੇਵੇਂ ਹੁਣ ਪੰਗੜੇ ਪੰਗੜਾ ਤਾਂ ਇੱਕੋ ਹੀ ਐਕਸ਼ਨ ਹੈ ਉਹਨੂੰ ਤਾਂ ਪੰਗੜਾ ਕਹਿੰਦੇ ਐਕਚੁਅਲੀ ਪੰਗੜਾ ਕੋਈ ਡਾਂਸ ਨਹੀਂ ਹੈ ਇੰਡੀਵਿਡ ਡਾਂਸ ਨੇਗੇ ਸੰਮੀ ਝੂਮਰ ਲੁੱਡੀ ਇਹ ਫੋਕ ਡਾਂਸ ਨੇ ਜਿਹੜੇ ਬਾਰ ਦੇ ਪਾਕਿਸਤਾਨ ਦੇ ਵਿੱਚ ਏਰੀਆ ਚ ਹੁਣ ਪਾਕਿਸਤਾਨ ਦੇ ਹੁਣ ਝੂਮਣ ਨੱਚਦੇ ਦੇਖੋ ਬੰਦੇ ਉਹਨਾਂ ਕੋਲ ਉਹੀ ਦੋ ਤਿੰਨ ਐਕਸ਼ਨ ਹੋਰ ਥੋੜਾ ਜਿਹਾ ਉਹਦੇ ਚ ਹੱਥ ਪੈਰ ਬਦਲ ਕੇ ਉਹ ਕਿੰਨੀ ਕਿੰਨੀ ਦੇਰੋਂ ਝੂਮਰ ਹੀ ਨੱਚੀ ਜਾਂਦੇ ਉਹੀ ਐਕਸ਼ਨ ਦੋ ਆਗੇ ਫਿਰ ਦੋ ਹੋਰ ਆਗੇ ਫਿਰ ਹੋਰ ਆਗੇ ਲਗਾਤਾਰ ਉਹ ਉਹ ਚੁੱਕੀ ਝੂਮਰ ਚ ਕੀ ਹੈ ਕਿ ਝੂਮਣਾ ਤੁਸੀਂ ਮਸਤੀ ਚ ਝੂਮਣਾ ਤੇ ਉਹੀ ਐਕਸ਼ਨ ਕਰੀ ਜਾਣਾ ਇਹ ਹੈ ਅਸਲ ਚ ਝੂਮਰ ਇਹਨਾਂ ਨੇ ਜਦੋਂ ਭੰਗੜੇ ਚ ਲੈਂਦਾ ਉਹ ਚ ਸਲੋ ਸ਼ੁਰੂ ਕਰਕੇ ਨੂੰ ਤੇਜ਼ ਕਰੋ ਜੀ ਸਲੋ ਕਰੋ ਚਲੋ ਉਹ ਵੱਖਰੀ ਗੱਲ ਹੈ ਇਹ ਜਿਹੜਾ ਇਹ ਜਿਹੜਾ ਚੰਡੀਗੜ੍ਹ 'ਚ ਮੈਂ ਭੰਗੜਾ ਦੇਖਿਆ ਇਹ ਕੰਪੀਟੀਸ਼ਨ ਪੁਆਇੰਟ ਆਫ View ਤੋਂ ਇਹਨਾਂ ਨੇ ਭੰਗੜੇ ਦੇ ਵਿੱਚ ਹੋਰ ਕਈ ਫੋਕ ਡਾਂਸਰਸ ਦੇ ਜਿਵੇਂ ਇਹਦੇ ਵਿੱਚ ਅਸੀਂ ਜਦੋਂ ਉਹਨਾਂ ਨਾਂ ਰੱਖਿਓ ਇੰਨੇ ਅਡਰ ਉਹਨਾਂ ਦੇ ਕਿ ਹੁਣ ਤੁਸੀਂ ਮਿਰਜ਼ੇ ਵਾਲਾ ਐਕਸ਼ਨ ਕਰਨਾ ਹੈ ਉਹ ਤੇ ਜੁਗਨੀ ਵਾਲਾ ਕਰਨਾ ਉਹ ਚਿਕ ਐਕਸ਼ਨ ਹੈਗਾ ਜੰਮੂ ਕਸ਼ਮੀਰੀ ਐਕਸ਼ਨ ਕਰਨਾ ਹੁਣ ਜੰਮੂ ਕਸ਼ਮੀਰੀ ਕਿਉਂ ਹੈ ਕਿਉਂਕਿ ਜੰਮੂ ਕਸ਼ਮੀਰ ਦੇ ਡਾਂਸ ਦੇ ਵਿੱਚੋਂ ਐਕਸ਼ਨ ਲੈ ਕੇ ਉਹ ਆਪਣੇ ਭੰਗੜੇ ਦੇ ਵਿੱਚ ਪਾ ਲਿਆ ਆਪਣੇ ਸਟਾਈਲ ਨਾਲ ਫਿਰ ਹੋਰ ਕਈ ਜਿਵੇਂ ਗੁਜਰਾਤ ਦਾ ਕੋਈ ਡਾਂਸ ਹੋ ਉਹਦੇ ਚ ਵੀ ਲੈ ਕੇ ਵਿੱਚ ਪਾ ਲਿਆ ਉਹ ਐ ਕਈ ਜਗ੍ਹਾ ਤੋਂ ਲੈ ਕੇ ਐਕਸ਼ਨ ਕਰਕੇ ਇਹਨਾਂ ਨੇ ਇਹ ਭੰਗੜਾ ਬਣਾ ਲਿਆ ਗੱਲ ਤੁਸੀਂ ਕਰ ਭੰਗੜਾ origianally ਭੰਗੜਾ ਡਾਂਸ ਕਿਤੋਂ ਦਾ ਵੀ ਨਹੀਂ ਹੈ ਗੱਲ ਉੱਥੇ ਕਰਦੇ ਥੋੜੀ ਮੈਂ ਗੱਲ ਕੱਟ ਰਿਹਾ ਆਪਾਂ ਗੱਲ ਇਹ ਵੀ ਚੂਮਰ ਬਹੁਤ ਫੇਮਸ ਆ ਮਲਵਈ ਗਿੱਧਾ ਬਹੁਤ ਫੇਮਸ ਆ ਅਸਲ 'ਚ ਮਲਵਈ ਗਿੱਧਾ ਹੈ ਕੀ ਆ ਮਲਵਈ ਗਿੱਧਾ ਤਾਂ ਐਕਚੁਅਲੀ ਨਾ ਜਿਹੜਾ ਮਾਲਵਾ ਇਲਾਕਾ ਹੈ ਪੰਜਾਬ ਦਾ ਸਾਰਾ ਤੇ ਉਹਦਾ ਫੋਕ ਡਾਂਸ ਮਲਵਈ ਗਿੱਧਾ ਹੈ ਗਿੱਧਾ ਜਿਵੇਂ ਪੁਰਾਣੇ ਟਾਈਮ ਤੇ ਨਾ ਕੁੜੀਆਂ ਨੂੰ ਗਿੱਧਾ ਓਪਨਲੀ ਪਾਉਣ ਦੀ ਇੰਨੀ ਓਪਨਲੀ ਇਜਾਜ਼ਤ ਨਹੀਂ ਹੁੰਦੀ ਸੀ ਕੁੜੀਆਂ ਜਦ ਤੱਕ ਤੀਆਂ ਚ ਗਿੱਧਾ ਪਾਉਂਦੀਆਂ ਸੀ ਜਾਂ ਫਿਰ ਵਿਆਹ ਦੇ ਵਿੱਚ ਘਰ ਦੇ ਅੰਦਰ ਗਿੱਧਾ ਪਾਉਂਦੀ ਪਰਫਾਰਮੈਂਸ ਨਹੀਂ ਹੁੰਦੀ ਸੀ ਇਹ ਪਰਫਾਰਮੈਂਸ ਹੁੰਦੀ ਸੀ ਮਲਵਈ ਗਿੱਧੇ ਦੀ ਮਲਵਈ ਗਿੱਧੇ ਚ ਬੋਲੀਆਂ ਪਾਉਂਦੇ ਸੀ ਤੇ ਉਹ ਬੋਲੀਆਂ ਚੋ ਸਵਾਲ ਜਵਾਬ ਹੁੰਦਾ ਸੀ ਤੇ ਨੋਕ ਝੋਕ ਹੁੰਦੀ ਸੀ ਤੇ ਹਾਂ ਉਹ ਜਿਹੜੀ ਬੋਲੀ ਪੈਂਦੀ ਸੀ ਉਹਦਾ ਐਕਟ ਪਰਫਾਰਮ ਕਰਦੇ ਸੀ ਉੱਤੇ ਮੇਲ ਮੈਂਬਰ ਸਾਰੇ ਤੇ ਉਹਨਾਂ ਚ ਮੈਕਸਿਮਮ ਮੈਂਬਰ ਜਿਹੜੇ ਆ ਉਹ ਕੋਈ ਨਾ ਕੋਈ ਇਨਸਟਰੂਮੈਂਟ ਵੀ ਜਾਣਦੇ ਹੁੰਦੇ ਸੀ ਉਹ ਜ਼ਰੂਰੀ ਮੰਗੂ ਹੀ ਹੁੰਦਾ ਸੀ ਜਾਂ ਉਹ ਇਨਸਟਰੂਮੈਂਟ ਆਪ ਹੀ ਵਜਾਉਂਦੇ ਹੁੰਦੇ ਸੀ ਜਿਵੇਂ ਉਹ ਚ ਘੜਾ ਹੈ ਗੜਬਾ ਹੈ ਕਿ ਉਹਦੇ ਚ ਗਿੱਧਾ ਹੈ ਚਿੰਤਾ ਹੈ ਸਾਰੇ ਜਿਹੜੇ ਇਨਸਟਰੂਮੈਂਟ ਕੋਲੇ ਸਾਰੇ ਇਨਸਟਰੂਮੈਂਟ ਹੁੰਦੇ ਸੀ ਉਹ ਆਪ ਵਜਾਉਂਦੇ ਹੁੰਦੇ ਸੀ ਉਹ ਤੇ ਸਾਰਿਆਂ ਦੀ ਬੋਲੀਆਂ ਯਾਦ ਹੁੰਦੀ ਸੀ ਕਈ ਵਾਰ ਮੌਕੇ ਤੇ ਵੀ ਬੋਲੀ ਕੱਢ ਦਿੰਦੇ ਸੀ ਇੰਨੇ ਮਤਲਬ ਐਕਸਪਰਟ ਨੇ ਇੱਕ ਮੇਰੇ ਦੋਸਤ ਦਾ ਕੋਈ ਮਾਮਾ ਸਾਡੇ ਪਿੰਡ ਉੱਥੇ ਹੁੰਦਾ ਸੀ ਉਨ੍ਹਾਂ ਦੇ ਵਿਆਹ ਤੇ ਉਹ ਆ ਗਿਆ ਉਹ ਕੱਲਾ ਜਣਾ ਇੱਕ ਪਾਸੇ ਬੋਲੀਆਂ ਪਾ ਰਿਆ ਸੀ ਤੇ ਬਾਕੀ ਸਾਰੇ ਬੋਲੀਆਂ ਪਾ ਰਹੇ ਸੀ ਉਹਦੇ ਕੋਲ ਬੋਲੀਆਂ ਨਹੀਂ ਮੁੱਕ ਰੀਆਂ ਸੀ ਉਹ ਕੋਟਕਪੁਰੇ ਸਾਈਡ ਤੇ ਹੁਣ ਵੀ ਹੈ ਸ਼ਾਇਦ ਹੈਗਾ ਮੈਂ ਮੁੰਡੇ ਨੂੰ ਕਿਹਾ ਸੀ ਮੈਂ ਜਾ ਕੇ ਰਿਕਾਰਡ ਕਰਾਂ ਕਹਿੰਦਾ ਉਹ ਕਰਦੇ ਨੇ ਉੱਥੇ ਪਾਉਂਦੇ ਪਰਫੋਰਮ ਕਹਿੰਦਾ ਪਰਫਾਰਮ ਕਰਦੇ ਉਹਨਾਂ ਨੂੰ ਬੁਲਾਉਂਦੇ ਨੇ ਮਤਲਬ ਇੰਨਾ ਭੰਡਾਰ ਉਹਨਾਂ ਕੋਲ ਬੋਲੀਆਂ ਦਾ ਹੁੰਦਾ ਸੀ ਕਿ ਹਰ ਮੌਕੇ ਦੇ ਹਿਸਾਬ ਨਾਲ ਉਹ ਬੋਲੀ ਪਾਉਂਦੇ ਸੀ ਮਲਵਈ ਕਿੱਦੇ ਦੀ ਇਹ ਬਿਊਟੀ ਹੈ ਪਰ ਜਿਹੜਾ ਹੁਣ ਕੰਪੀਟੀਸ਼ਨ ਜਿੱਥੇ ਕੰਪੀਟੀਸ਼ਨ ਜੀ ਟਾਈਮ ਬਾਉਂਡ ਹੋ ਜਾਂਦਾ ਹੈ ਕਿ ਤੁਸੀਂ 10 ਮਿੰਟ ਜੇ ਹੁਣ 10 ਮਿੰਟ ਚ ਜੇ ਤੁਸੀਂ ਲੰਬੀਆਂ ਬੋਲੀਆਂ ਪਾਉਣ ਲੱਗੇ ਤਾਂ 5 ਜਾਂ 6 ਜਾਂ 7 ਪੈ ਗਈਆਂ ਤੇ ਕੋਈ ਗੱਲ ਨਹੀਂ ਬਣਦੀ ਉਹ ਤੇ ਫਿਰ ਉਹਨਾਂ ਨੇ ਸ਼ਾਰਟ ਕਰਤਾ ਫਿਰ ਉਹਦਾ ਨਾ origianality ਜਿਹੜੀ ਹੈ ਡਾਂਸ ਦੀ ਉਹ ਖਤਮ ਹੋ ਜਾਂਦੀ ਹੈ origianality ਡਾਂਸ ਦੀ ਖਤਮ ਹੋ ਰਹੀ ਗੱਲ ਪਰ ਜੇ ਅੱਜ ਦਾ ਡਾਂਸ ਦੇਖਿਆ ਜਾਵੇ ਉਹ ਸਿਰਫ ਇੱਕ ਪਾਰ ਹਿਲਾਣ ਨੂੰ ਡਾਂਸ ਕਹਿ ਦਿੰਦੇ ਨੇ ਭੰਗੜਾ ਕਰ ਅਸਲ ਚ ਹੈ ਕੀ ਹੈ ਜਿਸ ਨੂੰ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਤੁਸੀਂ ਦੱਸਿਆ ਕਿ ਪੂਰੀ ਬੋਡੀ ਹਿਲਾਣੀ ਪੈਂਦੀ ਹੈ ਨਹੀਂ ਜਿਹੜਾ ਕੋਈ ਵੀ ਡਾਂਸ ਹੈ ਨਾ ਜਿਹੜਾ ਮੈਂ ਕੱਲੇ ਭੰਗੜੇ ਦੀ ਜਾਂ ਉਹ ਇਹਦੀ ਨਹੀਂ ਗੱਲ ਕਰਦਾ ਜਿਹੜਾ ਵੀ ਡਾਂਸ ਹੈ ਉਹ ਡਾਂਸ ਹੈ ਜਦੋਂ ਤੁਹਾਡੀ ਪੂਰੀ ਬੋਡੀ ਅੰਦਰੋਂ ਤੁਹਾਡਾ ਮਨ, ਦਿਲ, ਦਿਮਾਗ ਤੇ ਬੋਡੀ ਸਾਰਾ ਡਾਂਸ ਕਰਦੇ ਨੇ ਤੁਸੀਂ ਇੰਜੋਏ ਕਰਦੇ ਹੋ ਤੁਹਾਡੀਆਂ ਅੱਖਾਂ ਦੱਸ ਦਿੰਦੀਆਂ ਵੀ ਤੁਸੀਂ ਇੰਜੋਏ ਕਰਦੇ ਹੋ ਇਵਨ ਸਾਡੇ ਨਾਲ ਜਿਹੜਾ ਗਰੀਬ ਦਾ ਢੋਲੀ ਸੀ ਉਹ ਢੋਲ ਵਜਾਉਂਦਾ ਜਾਂਦਾ ਜਦੋਂ ਢੋਲ ਦਾ ਸੁਆਦ ਹੁੰਦਾ ਨਾ ਉਹਦਾ ਚਿਹਰਾ ਦੇਖਣ ਨੂੰ ਆਉਂਦਾ ਸੀ ਐਮ ਇੰਜੋਏ ਕਰਨ ਲੱਗ ਜਾਂਦਾ ਸੀ ਵੀ ਮੈਂ ਆ ਮੈਂ ਤੋਂ ਵਧੀਆ ਢੋਲ ਵੱਜ ਗਿਆ ਇਹ ਡਾਂਸ ਨਾ ਹੁੰਦਾ ਇਹ ਤੇ ਜੇ ਤੁਸੀਂ ਡਾਂਸ ਐਕਸਰਸਾਈਜ਼ ਹੀ ਕਰੀ ਜਾਂਦੇ ਹੋ ਉਹ ਤਾਂ ਸਪੋਰਟਸ ਵਾਲੀ ਵੀ ਕਰੀ ਜਾਂਦੇ ਜਿਵੇਂ ਇਹ ਸੀ ਕਿ ਸਪੋਰਟਸ ਦੇ ਸਿਲੇਬਸ 'ਚ ਵੀ ਭੰਗੜਾ ਰਿਆ ਹੁੰਦਾ ਸੀ ਪਹਿਲਾਂ ਹੁਣ ਵੀ ਹੋਏਗਾ ਮੇਰੇ ਖਿਆਲ ਤੇ ਉਹ ਸਪੋਰਟਸ 'ਚ ਇਸ ਕਰਕੇ ਸੀ ਕਿ ਸਪੋਰਟਸ ਵਾਲੇ ਜਿਹੜੇ ਟੀਚਰ ਆ ਮੌਸਲੀ ਉਹ ਇਨਚਾਰਜ ਭੰਗੜੇ ਦੇ ਬਣਾਉਂਦੇ ਸੀ ਜਾਂ ਇਹ ਪਹਿਲਾਂ ਭੰਗੜਾ ਸੀਟੀ ਤੇ ਪੈਂਦਾ ਰਿਹਾ ਢੋਲ ਨਹੀਂ ਹੁੰਦਾ ਸੀਟੀ ਨਾਲ ਵਿਜਾਪਸਾ ਉਹ ਸਪੋਰਟਸ ਵਾਲੇ ਸੀਟੀ ਨਾਲ ਭੰਗੜਾ ਪਾਉਂਦੇ ਸੀ ਉਹ ਸੀਟੀ ਵੀ ਆ ਜਾਂਦੀ ਸੀ ਤੇ ਉਹਦੇ ਨਾਲ ਉਹਦਾ ਉਹ ਐਕਸਰਸਾਈਜ਼ ਕਰਾਉਣ ਦੇ ਮਾਰੇ ਕਰਾਉਂਦੇ ਕਿ ਵਾਰਮ ਅਪ ਹੋ ਜਾਏ ਬੋਡੀ ਐਕਸਰਸਾਈਜ਼ ਤੇ ਵੀ ਹੁਣ ਜਿਹੜਾ ਭੰਗੜਾ ਪਾਉਂਦੇ ਨੇ ਉਹ ਜਿਹੜਾ ਬੱਚਾ ਗਾਣੇ ਨਾਲ ਭੰਗੜਾ ਪਾਉਣਾ ਸ਼ੁਰੂ ਕਰ ਦੈ ਨਾ ਉਹ ਨੂੰ ਭੰਗੜਾ ਨਹੀਂ ਮੈਂ ਮੰਨਦਾ ਜੇ ਉਹਨੂੰ ਆ ਨਹੀਂ ਸਕਦਾ ساری ਉਮਰ ਕਿਉਂਕਿ ਉਹ ਉਹ ਤਾਂ ਜੋਗਿੰਗ ਕਰਦਾ ਹਾਂਜੀ ਉਹ ਜੋਗਿੰਗ ਕਰਦਾ ਜੰਪ ਕਰੀ ਜਾਂਦਾ ਬੋਡੀ ਨਹੀਂ ਨੱਚਦੀ ਤੇ ਜਾਂ ਉਹਨੂੰ ਜਿਵੇਂ ਜੇ ਕਿਸੇ ਨੇ ਗਲਤ ਸਿਖਾਤਾ ਤੇ ਉਹਦੇ ਵਾਸਤੇ ਉਹੀ ਭੰਗੜਾ ਹੈ ਤਾਂ ਭੰਗੜੇ ਦਾ ਬੇਸਿਕ ਤਾਂ ਹੈ ਕਿ ਪਹਿਲਾਂ ਤੁਹਾਡੇ ਮੋਢੇ ਹਿਲੇਣੇ ਚਾਹੀਦੇ ਆ ਉਹ ਦਿਖਾਉਂਗੇ ਬੜਾ ਕਰੀ ਮੋਢੇ ਤੇ ਆਪਾਂ ਪਹਿਲਾਂ ਗੱਲ ਜੁ ਕਰ ਤੁਸੀਂ ਦਿਖਾਏ ਸੀਗੇ ਵੀ ਆ ਚੀਜ਼ ਆ ਨਹੀਂ ਨਹੀਂ ਮੈਂ ਉਹੀ ਮੈਂ ਕਹ ਰਿਹਾ ਇੱਕੋ ਐਕਸ਼ਨ ਤੁਹਾਨੂੰ ਮੈਂ ਬੈਠੇ ਬੈਠੇ ਕਰਕੇ ਦਿਖਾ ਸਕਦਾ ਕਿ ਜਿਹੜੇ ਭੰਗੜੇ ਦਾ ਐਕਸ਼ਨ ਹੈ ਨਾ ਮੋਢੇ ਹਿਲਾਉਣ ਦਾ ਉਹ ਹੈ ਕਿ ਮੋਢੇ ਤੁਸੀਂ ਇਸ ਤਰ੍ਹਾਂ ਹਿਲਾਉਣੇ ਕੱਲੇ ਮੋਢੇ ਹਿਲਦੇ ਆ ਆ ਬਾਹੋਂ ਉੱਥੀ ਖੜੀ ਐ ਤੇ ਹੁਣ ਵਾਲੇ ਜਿਹੜੇ ਨੇ ਉਹ ਇਸ ਤਰ੍ਹਾਂ ਅਸਰ ਕਰਦੇ ਨੇ ਆ ਤਾਂ ਹੈ ਹੀ ਨਹੀਂ ਭੰਗੜੇ ਦਾ ਐਕਸ਼ਨ ਇਹ ਹੈ ਹੀ ਨਹੀਂ ਭੰਗੜੇ ਦਾ ਇਹ ਐਕਸ਼ਨ ਹੈ ਇਹ ਮੋਢੇ ਹਿਲਣੇ ਚਾਹੀਦੇ ਆ ਇਹ ਮੋਢੇ ਹਿਲਦੇ ਆ ਤੇ ਇਹ ਸਾਰੀ ਬੋਡੀ ਨੂੰ ਝੁੰਮਣ ਲਾਉਂਦੇ ਨੇ ਉਹ ਬੋਡੀ ਜੇ ਇੱਕ ਇਹ ਕਹਿੰਦੇ ਜਿਵੇਂ ਆਪਾਂ ਰੌਂਗ ਟੇ ਖੜੇ ਹੋਣ ਦੀ ਗੱਲ ਕਰਦੇ ਆ ਨਾ ਬੋਡੀ ਆ ਮਹਿਸੂਸ ਕਰਦੀ ਐ ਕਿ ਹਾਂ ਨੱਚ ਰਹੀ ਐ ਮਾਂ ਬੋਡੀ ਤੇ ਉਦੋਂ ਫਿਰ ਕੋਈ ਵੀ ਐਕਸ਼ਨ ਕਰਾਓ ਤਾਂ ਚਾਹੇ ਝੂਮਲ ਕਰਾਓ ਜਾਂ ਜੁਗਨੀ ਕਰਾਓ ਜਾਂ ਭੰਗੜਾ ਕਰਾਓ ਕੋਈ ਉਹ ਫਿਰ ਇਹ ਭੰਗੜਾ ਇੱਕ ਐਕਸ਼ਨ ਦਾ ਨਾਮ ਹੈ ਬਸਾ ਮਤਲਬ ਕਈ ਕਹਿੰਦੇ ਨੇ ਕਿ ਭੰਗ ਪੀ ਕੇ ਉਡਾਣਾ ਸ਼ੋਰ ਕਰਨਾ ਤੇ ਕਈ ਇਹਦੇ ਬੈਕਗ੍ਰਾਉਂਡ ਨੂੰ ਸ਼ਿਵਜੀ ਨਾਲ ਜੋੜ ਦਿੰਦੇ ਆ ਕਿ ਸ਼ਿਵਜੀ ਐਕਸ਼ਨ ਕਰਦਾ ਸੀ ਉਥੋਂ ਕਰਕੇ ਆ ਉਹ ਵੱਖਰੇ ਵੱਖਰੇ ਉਹ ਨਹੀਂ ਮੈਂ ਉਹ ਨਹੀਂ ਸਮਝਦਾ ਪਰ ਮੈਨੂੰ ਲੱਗਦਾ ਵੀ ਭੰਗੜਾ ਇਟਸੈਲਫ ਕੋਈ ਫੋਕ ਡਾਂਸ ਉਸ ਤਰ੍ਹਾਂ ਕਿਸੇ ਜਗ੍ਹਾ ਦਾ ਨਹੀਂ ਹੈ ਇਹ ਸਿਰਫ ਉਹ ਤੋਂ ਇੱਕ ਇਹ ਕਹ ਲੋ ਕਿ 47 ਤੋਂ ਬਾਅਦ ਹੀ ਇਹ ਤੇ ਸਾਰਾ ਕੁਝ ਸ਼ੁਰੂ ਹੋਇਆ ਤੇ ਉਹਨਾਂ ਨੇ ਕੰਪੀਟੀਸ਼ਨ ਦੇ ਮਾਰੇ ਨੇ ਇਹਨੂੰ ਭੰਗੜਾ ਕਹਿਣ ਲੱਗੇ ਪਰ ਜਦੋਂ ਹੁਣ ਭੰਗੜਾ ਪਾਉਂਦੇ ਆ ਜਿਹੜਾ ਯੂਥ ਫੈਸਟੀਵਲ ਚ ਪੈਂਦਾ ਹੈ ਜਾਂ ਸਕੂਲਾਂ ਚ ਪੈਂਦਾ ਹੈ ਉਹਦੇ ਵਿੱਚ ਜਦੋਂ ਐਕਸ਼ਨ ਕਰਦੇ ਹੋ ਤੇ ਭੰਗੜੇ ਦੇ ਵਿੱਚ ਝੂਮਰ ਵੀ ਆ ਗਿਆ ਉਹ ਭੰਗੜੇ ਚ ਉੱਥੇ ਉਹ ਦੂਜੇ ਐਕਸ਼ਨ ਵੀ ਕਰਕੇ ਦਿਖਾਉਂਦੇ ਫਿਰ ਉਹ ਭੰਗੜਾ ਕਿਵੇਂ ਕੱਲਾ ਕਹਿ ਸਕਦੇ ਉਹ ਤਾਂ ਤੁਸੀਂ ਡਾਂਸਾਂ ਦਾ ਮਿਕਸਚਰ ਕਰ ਲਿਆ ਨਾ ਫਿਰ ਜਿਆਦਾ ਕੋ ਵੀ ਡਾਂਸਰ ਦਾ ਮਿਕਸਚਰ ਹੈ ਇਹ ਉਹਨੂੰ ਭੰਗੜਾ ਕਿਉਂ ਕਹਿੰਦੇ ਆ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਭੰਗੜਾ ਇਟਸੈਲਫ ਕੋਈ ਡਾਂਸ ਫਾਰਮ ਮੇਰੇ ਹਿਸਾਬ ਨਾਲ ਨਹੀਂ ਹੈ ਤੇ ਕਿਉਂਕਿ ਜਦੋਂ ਮੈਂ ਸਿੱਖਣਾ ਸ਼ੁਰੂ ਕੀਤਾ ਉਹ ਤਾਂ ਭੰਗੜਾ ਨਹੀਂ ਸੀ ਉਹ ਤਾਂ ਹਾਰਵੈਸਟ ਡਾਂਸ ਉਹਨੂੰ ਕਿਹਾ ਗਿਆ ਸੀ ਕਿਸਾਨ ਦੇ ਜੋ ਕੰਮ ਕਰ ਹੈ ਉਹਦੇ ਨਾਲ ਮਿਲਾ ਕੇ ਸਾਰੇ ਐਕਸ਼ਨ ਕਰ ਕਰਕੇ ਤੇ ਜਦੋਂ ਉਹਨੂੰ ਕਾਮਯਾਬੀ ਮਿਲਦੀ ਸੀ ਜਾਂ ਉਹਨੂੰ ਜਦੋਂ ਪ੍ਰਾਪਤੀ ਹੁੰਦੀ ਸੀ ਉਸ ਤੋਂ ਬਾਅਦ ਉਹ ਖੁੱਲ ਕੇ ਨੱਚਦਾ ਨਹੀਂ ਤੇ ਉਹ ਜਿਵੇਂ ਤੁਸੀਂ ਕਹਿੰਦੇ ਹੋ ਕਿ ਉਹ ਗੁਰਦਾਸ ਮਾਨ ਵਾਲਾ ਗੀਤ ਕੇ ਬਹਿ ਕੇ ਦੇਖ ਉਹਦੀ ਵੀ ਇੱਕ ਬਹੁਤ ਵਧੀਆ ਗੱਲ ਹੈ ਇੱਥੇ ਮੇਰਾ ਦੋਸਤ ਰਿਟਾਇਰ ਹੋਇਆ ਤੇ ਉੱਥੇ ਭੰਗੜਾ ਪਈ ਜਾਵੇ ਉੱਥੇ ਜਦੋਂ ਮੈਂ ਉੱਠ ਕੇ ਨੱਚਣ ਲੱਗਿਆ ਤਾਂ ਜਿਹੜੇ ਉਹਦੇ ਦੋਸਤ ਹੋਰ ਚਿੱਟੀਆਂ ਦਾੜੀਆਂ ਵਾਲੇ ਨੱਚੀਏ ਉਹ ਮੈਨੂੰ ਕਰੀ ਜਾਣ ਬਹਿ ਕੇ ਦੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ ਉਹ ਦੂਜਾ ਕਹੀ ਆ ਵੀ ਕਹਿੰਦਾ ਇਹ ਇਹ ਜਵਾਨ ਨਹੀਂ ਹੈ ਇਹ ਵੀ ਵੱਡੀ ਉਮਰ ਦਾ ਹੈ ਉਹ ਫਿਰ ਉਹ ਮਸਤੀ ਚ ਬੜਾ ਮੈਨੂੰ ਕਰੀ ਬਹਿ ਕੇ ਦੇਖ ਜਾ ਉਹ ਭਗੜੀ ਗੱਲ ਹੋ ਗਈ ਤੁਸੀਂ ਪ੍ਰੋਫੈਸਰ ਵੀ ਰਹੇ ਹੋ ਪੰਜਾਬੀ ਦੇ ਪ੍ਰੋਫੈਸਰ ਰਹੇ ਹੋ ਰਿਟਾਇਰ ਹੋਗੇ ਚਾਹੇ ਉੱਤੇ ਕਾਲਜ ਦੇ ਟਾਈਮ ਜਦੋਂ ਪੜਾਉਂਦੇ ਸੀ ਉਦੋਂ ਵੀ ਭੰਗੜਾ ਸਿਖਾਉਂਦੇ ਸੀ ਹਾਂਜੀ ਮੈਂ ਮੇਰੇ ਕਾਲਜ 'ਚ ਮੈਨੂੰ ਇੱਕੋ ਵਾਰੀ ਇਨਚਾਰਜ ਬਣਾਇਆ ਭੰਗੜੇ ਦਾ ਉਦੋਂ ਮੈਂ ਉਹਨਾਂ ਨੂੰ ਪ੍ਰੋਪਰਲੀ ਬੱਚੇ ਸਿਲੈਕਟ ਕਰਕੇ 60 ਬੱਚਿਆਂ ਤੋਂ ਉੱਪਰ ਬੱਚੇ ਸੀ ਤੇ ਉਹਨਾਂ ਨੇ ਪੂਰਾ ਮਹੀਨਾ ਮੈਂ ਉਹਨਾਂ ਦੀ ਟ੍ਰੇਨਿੰਗ ਕਰਾ ਕੇ ਉਹਦੇ 'ਚ 36 ਬੱਚੇ ਕੱਢੇ 36ਆਂ ਦੇ ਵਿੱਚੋਂ ਫਿਰ 18 ਬੱਚੇ 18 ਬੱਚਿਆਂ ਦੇ ਵਿੱਚੋਂ ਫਿਰ ਮੈਂ 8 ਦੀ ਟੀਮ ਜਿਹੜੀ ਕੱਢੀ ਤੇ ਬਾਕੀ ਸਟੈਂਡ ਬਾਈ ਰੱਖੇ ਵੀ ਤਾਂ ਕਿ ਅੱਗੇ ਸਾਲਾਂ ਤੱਕ ਕੰਟੀਨਿਊ ਫਿਰ ਹੁਣ ਉਹ ਕੰਟੀਨਿਊ ਉੱਥੇ ਭੰਗੜੀ ਦੀ ਟੀਮ ਹੈ ਉਸ ਤੋਂ ਪਹਿਲਾਂ ਕੰਟੀਨਿਊ ਭੰਗੜੀ ਟੀਮ ਮੇਰੇ ਕਾਲਜ ਮੈਂ 46 ਕਾਲਜ ਜਿਹੜਾ ਹੈ ਗਰਮੁਡ ਕਾਲਜ ਉਹ ਮੇਰਾ ਪਹਿਲਾ ਕਾਲਜ ਹੈ ਜਿੱਥੇ ਜੁਆਇਨ ਕੀਤਾ ਫਿਰ ਮੈਂ ਜੀਸੀਜੀ ਟ੍ਰਾਂਸਫਰ ਹੋ ਗਈ ਮੇਰੀ ਫਿਰ ਮੇਰੀ 11 ਮੁੰਡਿਆਲੇ ਕਾਲਜ ਚ ਟ੍ਰਾਂਸਫਰ ਮੁੰਡਿਆਲੇ ਕਾਲਜ ਜਾ ਕੇ ਫਿਰ ਮੈਂ ਵਰਕ ਅਪਲਾਈ ਉੱਥੇ ਹਾਂਜੀ ਉੱਥੇ ਵੀ ਇਸ ਤਰ੍ਹਾਂ ਮੁੰਡੇ ਆ ਕੇ ਭੰਗੜਾ ਮੈਂ ਤਿਆਰ ਕਰਵਾਇਆ ਤੇ ਸਕੂਲਾਂ ਚ ਵੀ ਕਰਵਾਇਆ ਮੈਂ ਕਈ ਜਗ੍ਹਾ ਉਸ ਤੋਂ ਪਹਿਲਾਂ ਮੇਰੀ ਜੌਬ ਕਰਨ ਤੋਂ ਪਹਿਲਾਂ ਜਦੋਂ ਮੈਂ ਪੜਦਾ ਸੀ ਸਕੂਲਾਂ ਚ ਮੈਂ ਡਰਾਮਾ ਵੀ ਕਰਾਉਂਦਾ ਸੀ ਭੰਗੜਾ ਵੀ ਕਰਾਉਂਦਾ ਸੀ ਮੈਂ ਗਿੱਧਾ ਵੀ ਕਰਾ ਦਿੰਦਾ ਸੀ ਅਸੀਂ ਇੱਕ ਸਾਡੇ ਕੋਲੇ ਉਹ ਹੈ ਝੂਮਨ ਬੇਸ ਜਿ ਕੋ ਹੋਰ ਡਾਂਸ ਹੈ ਸਟੋਰੀ ਟਾਈਪ ਉਹ ਵੀ ਕਰਵਾ ਲੈਂਦੇ ਸੀ ਮਤਲਬ ਜੋ ਐਕਸਪੈਰੀਮੈਂਟ ਹੁੰਦੇ ਸੀ ਸੀ ਕਰਦੇ ਸੀ ਪਰ ਮੇਰਾ ਬੇਸਿਕਲੀ ਇਹ ਸੀ ਕਿ ਬੱਚੇ ਨੱਚਣ ਨਾ ਕਿ ਐਕਸਰਸਾਈਜ਼ ਕਰਨ ਮਲਟੀ ਟੈਲੈਂਟਡ ਹੋ ਤੁਸੀਂ ਸੋ ਜਿੱਥੇ ਭੰਗੜਾ ਸਿਖਾਉਂਦੇ ਰਹੇ ਆ ਆਪ ਵੀ ਪਾਦੇ ਰਹੇ ਹੋ ਉੱਤੇ ਫਿਲਮਾਂ ਨਾਲ ਵੀ ਜੁੜੇ ਰਹੇ ਹੋ ਤੁਸੀਂ ਫਿਲਮ ਨਾਲ ਮੈਂ ਬਾਈ ਚਾਂਸ ਹੀ ਜੁੜ ਗਿਆ ਜੀ ਇੱਥੇ ਸ਼ਰਮਾ ਜੀ ਜਿਹੜੀ ਯੂਨੀਵਰਸਿਟੀ ਸਾਨੂੰ ਭੰਗੜਾ ਕਰਾਉਂਦੇ ਸੀ ਉਹਨਾਂ ਦਾ ਫਿਲਮਾਂ ਨਾਲ ਸੰਬੰਧ ਸੀ ਉਹ ਮੈਨੂੰ ਬਾਈ ਚਾਂਸ ਹੀ ਲੱਗੇ ਇੱਥੇ ਸਤੰਬਰ ਦੀਆਂ ਛੁੱਟੀਆਂ 'ਚ ਉੱਥੇ ਜਾ ਕੇ ਉਹ ਵਰਿੰਦਰ ਜੀ ਦੀ ਫਿਲਮ ਸੀ ਲੰਬੜਦਾਰ ਨਹੀਂ ਤੇ ਉਸ ਤੋਂ ਬਾਅਦ ਸਰਪੰਚ ਅਗਲੇ ਸਾਲ ਉਹ ਕਰਨਾ ਹੈ ਕਿ ਉੱਥੇ ਵਿੱਚ ਉਹਨਾਂ ਨੇ ਪੰਗੜਾ ਪਾਇਆ ਪੰਗੜਾ ਮੈਂ ਉੱਥੇ ਪਾ ਲਿਆ ਸੀ ਪੰਗੜਾ ਉਹਨਾਂ ਨੇ ਰੋਲ ਵੀ ਕਰਾਰਾ ਸੀ ਛੋਟਾ ਜਿਹਾ ਉਸ ਤੋਂ ਬਾਅਦ ਇੱਕ ਜਾ ਕੋ ਰੱਖੇ ਸਾਈਆਂ 84 ਚ ਫਿਲਮ ਬਣੀ ਸੀ ਉਹ ਚ ਮੇਰਾ ਸਾਈਡ ਹੀਰੋ ਦਾ ਰੋਲ ਸੀ ਪੰਗੜਾ ਨਹੀਂ ਸੀ ਉਹ ਚ ਰੋਲ ਸੀ ਤੇ ਫਿਲਮਾਂ ਤਾਂ ਉਹ ਆਈ ਗਈਆਂ ਮੇਰੇ ਕੋਲ ਮੇਰਾ ਉਸ ਤਰ੍ਹਾਂ ਇੰਟਰਸਟ ਨਹੀਂ ਸੀ ਮੇਰਾ ਇੰਟਰਸਟ ਸੀ ਰੇਡੀਓ ਜਾਂ ਟੀਵੀ ਤੇ ਅਨਾਉਂਸਰ ਜਾਂ ਨਿਊਜ਼ ਰੀਡਰ ਬਣਨਾ ਤੇ ਉਧਰ ਮੈਂ 1 ਸਾਲ ਚੰਡੀਗੜ੍ਹ ਰੇਡੀਓ ਤੇ ਖਬਰਾਂ ਪੜ੍ਹੀਆਂ ਤੇ ਉਸ ਤੋਂ ਬਾਅਦ ਮੇਰੀ ਜੌਬ ਲੱਗ ਗਈ ਕਿੰਨੇ ਕਿੰਨੇ ਪੱਤਰਕਾਰੀ ਨਾਲ ਵੀ ਜੁੜੇ ਰਹੇ ਹੋ ਪੱਤਰਕਾਰੀ ਨਾਲ ਨਹੀਂ ਜੁੜਿਆ ਪਰ ਪੱਤਰਕਾਰਾਂ ਨਾਲ ਮੇਰਾ ਬਹੁਤ ਹੈਗਾ ਸੰਬੰਧ ਕਿਉਂਕਿ ਮੇਰੇ ਆਏ ਮੇਰੇ ਕੰਮਾ ਕਰਕੇ ਇੱਥੇ ਹਰ ਫੀਲਡ ਦੇ ਜਿਹੜੇ ਲੋਕ ਉਹਨਾਂ ਨਾਲ ਸੰਪਰਕ ਰਹਿੰਦਾ ਤਾਂ ਮੇਰੇ ਜਿਹੜੇ ਯਾਰ ਦੋਸਤ ਪੱਤਰਕਾਰੀ ਵਾਲੇ ਸੀ ਉਹ ਜਾਂ ਇਹ ਕਹ ਲਓ ਕਿ ਜਿਹੜੇ ਮੇਰੇ ਜਿਹੜੇ ਡਰਾਮੇ ਸੀ ਮੇਰੇ ਉਹ ਡਰਾਮੇ ਦੇ ਬੜੇ ਫੈਨ ਜਿਹੜੇ ਸੀ ਉਹਨਾਂ 'ਚ ਬਹੁਤ ਸਾਰੇ ਪੱਤਰਕਾਰ ਸੀ ਹਾਂਜੀ ਹਾਂਜੀ ਤੇ ਉਹਨਾਂ ਨਾਲ ਮੇਰੀ ਜਿਵੇਂ ਟ੍ਰਿਬਿਊਨ ਦੇ ਪਹਿਲਾਂ ਅਸੀਂ ਹੱਸਦੇ ਹੁੰਦੇ ਜੋ ਡਰਾਮਾ ਕਰਦੇ ਮੈਂ ਕਾਲਜ ਪੜਦਾ ਸੀ ਵੀ ਬੱਸ ਬਹੁਤ ਸੀ ਕਿਤੇ ਜਾਣਾ ਤੇ ਉਹਨੂੰ ਬੋਲਣਾ ਯਾਰ ਪੰਜਾਬੀ ਜਿਹਾ ਟ੍ਰਿਬਿਊਨ ਦੇ ਦੇ ਉਹਦੋਂ ਛਪਦਾ ਨਹੀਂ ਸੀ ਲੈ ਹਾਂਜੀ ਉਹ ਦੁਕਾਨਵਾਲਾ ਹੱਸਦਾ ਜਾਂਦਾ ਵੀ ਯਾਰ ਪੰਜਾਬੀ ਦਾ ਇੰਗਲਿਸ਼ ਦਾ ਜੀ ਟ੍ਰਿਬਿਊਨ ਤਾਂ ਪੰਜਾਬੀ ਦੇ ਬਾਅਦ ਸੱਚੀ ਮੱਚੀ ਪੰਜਾਬੀ ਦਾ ਟ੍ਰਿਬਿਊਨ ਫਿਰ ਪੰਜਾਬੀ ਟ੍ਰਿਬਿਊਨ ਦੇ ਜਿਹੜੇ ਐਡੀਟਰ ਰਹੇ ਨੇ ਜਿਹੜੇ ਵੀ ਉਹਨਾਂ ਸਾਰਿਆਂ ਨਾਲ ਵਧੀਆ ਜਾਣ ਪਛਾਣ ਸਾਡੀ ਸੀ ਮੰਦੀ ਪੰਜਾਬੀ ਬੁੱਤ ਵੀ ਹੁੰਦੀ ਗੱਲ ਆ ਗਈ ਪੰਜਾਬੀ ਮਾਂ ਬੋਲੀ ਦੀ ਗੱਲ ਆ ਗਈ ਤੁਸੀਂ ਖੁਦ ਪੰਜਾਬੀ ਤੋਂ ਪੜ੍ਹੇ ਹੋ ਜੇ ਅੱਜ ਦੇਖਿਆ ਜਾਵੇ ਤਾਂ ਪੰਜਾਬੀ ਮਾਂ ਬੋਲੀ ਨੂੰ ਕਿੱਥੇ ਦੇਖਦੇ ਹੋ ਸਟੈਂਡ ਬੇਸ਼ੱਕ ਸਰਕਾਰਾਂ ਗੱਲ ਕਰਦੀਆਂ ਨੇ ਕਿ ਅਸੀਂ ਮਾਂ ਬੋਲੀ ਨੂੰ ਪ੍ਰਫੁੱਲਤ ਕਰਨਾ ਕਿੱਥੇ ਐਕਸਟੈਂਡ ਕਰ ਪੰਜਾਬੀ ਬੋਲੀ ਚ ਤੁਸੀਂ ਹਾਲ ਦੇਖੋ ਵੀ ਮੈਂ ਪੰਜਾਬੀ ਦਾ ਪ੍ਰੋਫੈਸਰ ਹਾਂ ਤੇ ਮੈਂ ਊੜੇ ਮੈਂ ਊੜਿਆਲੇ ਦਾ ਕੈਦ ਨਹੀਂ ਪੜਿਆ ਅੱਛਾ ਮੈਂ ਇੱਕ ਨੰਬਰ ਕਿਤਾਬ ਨਹੀਂ ਪੜੀ ਮੈਂ ਦੋ ਨੰਬਰ ਕਿਤਾਬ ਨਹੀਂ ਪੜੀ ਮੈਂ ਸਿੱਧਾ ਤਿੰਨ ਨੰਬਰ ਕਿਤਾਬ ਪੜਨ ਲੱਗਿਆ ਤੀਸਰੀ ਕਲਾਸ ਅੱਛਾ ਕਿਉਂਕਿ ਸ਼ੁਰੂ ਚ ਜਿਹੜੇ ਮੈਂ ਸਕੂਲ ਚ ਪੜਦਾ ਸੀ ਮ ਦੇ ਮੋਗੇ ਮਿਸ਼ਨ ਸਕੂਲ ਇੱਕ ਹੁੰਦਾ ਸੀ ਉਸ ਤੇ ਸਾਨੂੰ ਪੜਨ ਲਾਇਆ ਜਦੋਂ ਤੇ ਉਥੇ ਤੀਸਰੀ ਕਲਾਸ ਤੋਂ ਉਡਾੜਾ ਸ਼ੁਰੂ ਹੁੰਦਾ ਸੀ ਅੱਛਾ ਪਹਿਲੀਆਂ ਕਲਾਸਾਂ ਚ ਨਹੀਂ ਹੁੰਦਾ ਸੀ ਉਦੋਂ ਇੰਗਲਿਸ਼ మీడియం ਵਾਲਾ ਸਕੂਲ ਸੀ ਤੇ ਮੈਂ ਤਾਂ ਉਹ ਪੜਿਆ ਹੀ ਨਹੀਂ ਜੋ ਉਡਾੜਾ ਉਥੇ ਸ਼ੁਰੂ ਹੋਣਾ ਤੁਸੀਂ ਉਹ ਸ਼ਿਫਟ ਕਰਕੇ ਮਾਨਸਾ ਆ ਗਏ ਇੱਥੇ ਆ ਕੇ ਖਾਲਸਾ ਸਕੂਲ ਚ ਐਡਮਿਸ਼ਨ ਹੋਈ ਉਹਥੇ ਸਿੱਧੇ ਤਿੰਨ ਨੰਬਰ ਕਲਾਸ ਪਰ ਮੈਨੂੰ ਇੰਨਾ ਸੀ ਕਿ ਜਦੋਂ ਮੇਰਾ ਭਰਾ ਮੈਥੋਂ 2 ਸਾਲ ਅੱਗੇ ਪੜਦਾ ਸੀ ਉਹ ਜਦੋਂ ਉਥੇ ਉਡਾੜਾ ਪੜਨ ਲੱਗਿਆ ਸੀ ਤੇ ਘਰੇ ਆ ਕੇ ਮੇਰੀ ਮਦਰ ਉਹਨੂੰ ਤਸਵੀਰਾਂ ਦੇ ਦੇ ਕੇ ਸਿਖਾਉਂਦੀ ਸੀ ਵੀ ਇਹ ਉੜੇ ਤੇ ਮਤਲਬ ਉੱਠਿਆ ਤਾਂ ਉੱਠਣ ਦੇ ਕਿ ਉੱਠ ਕਹਿ ਦੇਣਾ ਇਹ ਇਹ ਤੇ ਉਹ ਮੈਂ ਦੇਖੀ ਜਾਂਦਾ ਸਾਰਾ ਤੇ ਮੈਨੂੰ ਕੁਝ ਕੁਝ ਪਤਾ ਲੱਗਦਾ ਰਹਿੰਦਾ ਸੀ ਪਰ ਗੱਲ ਇਹ ਹੋਈ ਕਿ ਮੈਂ ਜਦੋਂ ਇੱਥੇ ਆ ਕੇ 3 ਨੰਬਰ ਕਿਤਾਬ ਪੜ੍ਹਨੀ ਸ਼ੁਰੂ ਕੀਤੀ ਤੇ ਉਹ 3 ਨੰਬਰ ਕਿਤਾਬ ਬਾਕੀ ਜਦੋਂ ਆਰੰਭ ਨਾਲ ਪੜ੍ਹਨ ਲੱਗੀ ਤੇ ਮੈਨੂੰ ਇਹ ਲੱਗਦਾ ਸੀ ਵੀ ਕਿਤੇ ਮੈਂ ਪਿੱਛੇ ਨਾ ਰਹਿ ਜਾ ਤੇ ਉਹ ਚੀਜ਼ ਨੇ ਮੇਰਾ ਇੰਟਰਸਟ ਥੋੜਾ ਜਿਹਾ ਵਧਾ ਦਿੱਤਾ ਤੇ ਤਾਂ ਮੈਂ ਸੌਖੀ ਕਰੇ ਇੱਕ ਕਰੇ ਸੀ ਬੋਲਦੀ ਪੰਜਾਬੀ ਸੀ ਉਹ ਫਿਰ ਆਲਾ ਦਵਾਲਾ ਸਾਰਾ ਪੰਜਾਬੀ ਹੋ ਗਿਆ ਬੋਲਣਾ ਉਥੇ ਤਾਂ ਇੰਗਲਿਸ਼ ਮੀਡੀਅਮ ਸਕੂਲ ਸੀ ਤੇ ਮੈਨੂੰ ਅਹੀਂ ਨਹੀਂ ਪਤਾ ਲੱਗਿਆ ਵੀ ਪੰਜਾਬੀ ਮੈਂ ਕਿਵੇਂ ਫਲੋ ਦੇ ਵਿੱਚ ਆ ਗਿਆ ਇੱਕ ਗੱਲ ਸਭ ਤੋਂ ਵਧੀਆ ਹੋ ਗਈ ਜਿਹੜੀ ਅੱਜ ਕੱਲ ਨਹੀਂ ਹੈ ਮੇਰੇ ਨਾਲ ਇੱਕ ਘਮਿਆਰਾ ਦਾ ਮੁੰਡਾ ਪੜਦਾ ਸੀ ਉਹ ਜਦੋਂ ਫੱਟੀ ਲਿਖਦਾ ਸੀ ਨਾ ਅੱਗੇ ਫੱਟੀਆਂ ਹੁੰਦੀਆਂ ਸੀ ਸਾਡੇ ਕੋਲ ਉਹਨੂੰ ਪੁੱਛੀਏ ਕਲਮਾ ਨਾਲ ਕਲਮਾ ਪੀ ਘੜਨੀ ਉਹਨਾਂ ਨੇ ਉਹ ਐਡੀ ਸੋਹਣੀ ਲਿਖਦਾ ਸੀ ਜਿਵੇਂ ਕਿਸੇ ਪੇਂਟਰ ਨੇ ਲਿਖਿਆ ਹੋਵੇ ਮੈਂ ਉਹਦੀ ਨਕਲ ਕਰ ਕਰਕੇ ਵੀ ਉਹਦੇ ਵਰਗਾ ਲਿਖਣਾ ਹੈ ਉਹਨੇ ਮੈਨੂੰ ਲਿਖਣ ਦੀ ਆਦਤ ਪਾਤੀ ਤੇ ਮੇਰੀ ਪੰਜਾਬੀ ਵਧੀਆ ਸੁਧਰ ਗਈ ਤੇ ਮੇਰੀ ਸਪੈਲਿੰਗ ਮਿਸਟੇਕਸ ਮੇਰੇ ਨਹੀਂ ਹੁੰਦੇ ਸੀ ਤੇ ਉਹ ਉਹਦੀ ਗੱਲ ਇਹ ਹੈ ਕਿ ਇੱਕ ਸਾਡੇ ਟੀਚਰ ਸੀ ਐਸਐਸ ਦੇ ਸੋਲਸਟਰੀ ਦੇ ਹਾਈ ਕਲਾਸ ਜਿੱਦੋਂ ਮੈਂ ਗਿਆ ਉਹ ਮੈਂ ਇੰਗਲਿਸ਼ ਦਾ ਜਿਹੜਾ ਮੇਰਾ ਨਾਮ ਲਿਖਦਾ ਸੀ ਉਹਦੇ 'ਚ ਮੈਂ ਡੀ ਆਈ ਐਲ ਦੀ ਜਗ੍ਹਾ ਡੀੀ ਐਲ ਪਾਉਂਦਾ ਸੀ ਅੱਛਾ ਜੀ ਪਤਾ ਨਹੀਂ ਕਿਵੇਂ ਮੈਨੂੰ ਨਹੀਂ ਪਤਾ ਉਹ ਮੈਨੂੰ ਕਹਿੰਦੇ ਵੀ ਤੂੰ ਆ ਨਾਮ ਆਪਣਾ ਗਲਤ ਲਿਖਿਆ ਇਹ ਕਿਉਂ ਲਿਖਿਆ ਤੇਰੇ ਨਾਮ ਦੇ ਸਪੈਲਿੰਗ ਤੇ ਡੀ ਆਈ ਐਲ ਨਾਲ ਹੋਣੀ ਚਾਹੀਦੀ ਐ ਮੈਂ ਕਿਹਾ ਜੀ ਡੀ ਆਈ ਐਲ ਮੈਨੂੰ ਬੜੀ ਐ ਪਿੰਚ ਕੀਤੀ ਮੈਂ ਕਿਹਾ ਵੀ ਮੈਂ ਤਾਂ ਨਾਮ ਹੀ ਗਲਤ ਲਿਖ ਰਿਹਾ ਉਸ ਤੋਂ ਬਾਅਦ ਮੈਂ ਇੰਗਲਿਸ਼ ਹੋਵੇ ਚਾਹੇ ਪੰਜਾਬੀ ਹੋਵੇ ਚਾਹੇ ਹਿੰਦੀ ਹੋਵੇ ਮੈਂ ਸਪੈਲਿੰਗ ਦੇ ਵਿੱਚ ਮੇਰਾ ਧਿਆਨ ਲੱਗਣਾ ਸ਼ੁਰੂ ਹੋ ਗਿਆ ਉਹਨੇ ਮੇਰੀ ਪੰਜਾਬੀ ਦੇ ਵਿੱਚ ਅੱਜ ਤੱਕ ਬਿੰਦੀ ਸਿਆਰੀ ਬਿਆਰੀ ਉਹਦੀ ਗਲਤੀ ਨਹੀਂ ਹੋਣ ਦਿੱਤੀ ਮੇਰਾ ਉਧਰ ਕੰਸੈਂਟ੍ਰੇਸ਼ਨ ਹੋ ਗਈ ਵੀ ਹੁਣ ਜੇ ਨਾਮ ਹੀ ਗਲਤ ਤੱਕੀ ਕੀ ਕਰਾਂ ਇੰਗਲਿਸ਼ ਅਖ਼ਰ ਮੈਨੂੰ ਉਸ ਪੜਨ ਕਰਕੇ ਮੈਂ ਆਰਾਮ ਨਾਲ ਪੜ ਲੈਂਦਾ ਸੀ ਗੁਈ ਤੇ ਕਰਨੀ ਸੀ ਪਰ ਪੰਜਾਬੀ ਤਾਂ ਮੈਂ ਦੇਰ ਨਾਲ ਸ਼ੁਰੂ ਕੀਤੀ ਨਾ ਪਰ ਉਸ ਥੋੜੀ ਜਿਹੀ ਟੋਕੀ ਟੋਕਾ ਟਾਕੀ ਨੇ ਮੈਨੂੰ ਇਹ ਕਰਤਾ ਵੀ ਮੈਂ ਉਹਦੇ ਚ ਹੁਣ ਮੇਰਾ ਕਦੇ ਵੀ ਕਦੇ ਪੰਜਾਬੀ ਚ ਸਿਹਾਰੀ ਬਿਆਰੀ ਬਿੰਦੀ ਕਰਨਾ ਆਉਦਾ ਕਦੇ ਕੋਈ ਗਲਤੀ ਨਹੀਂ ਹੋਈ ਤੇ ਮੈਨੂੰ ਥੋੜਾ ਐ ਹੋ ਵੀਗਾ ਕਿ ਮੈਂ ਲੇਟ ਆ ਮੈਥੋਂ ਪਹਿਲਾਂ ਉਹ ਪੜਦੇ ਨਹੀਂ ਤੇ ਮੈਂ ਕਿਤੇ ਪਿੱਛੇ ਨਾ ਰਹਿ ਜਾ ਉਹ ਚੀਜ਼ ਨੇ ਵੀ ਮੈਨੂੰ ਉਤਰ ਕੀਤਾ ਜਰਬਾਜੀ ਦੇਖਿਆ ਜਾਵੇ ਤਾਂ ਤੁਸੀਂ ਸੱਤ ਨਾਲ ਵੀ ਜੁੜੇ ਹਾਂ ਭੰਗੜਾ ਪਾਉਂਦੇ ਰਹੇ ਹਾਂ ਅੱਜ ਕੱਲ ਕਲਾਕਾਰਾਂ ਨੂੰ ਬਹੁਤ ਲੁੱਕ ਫੋਲੋ ਕਰਦੇ ਨੇ ਕਲਾਕਾਰ ਪੰਜਾਬੀ ਨੇ ਉਹ ਸੱਭਿਆਚਾਰ ਦੀ ਗੱਲ ਤਾਂ ਕਰਦੇ ਨੇ ਲੱਗਦਾ ਕਿ ਉਹ ਅਸਲ ਸੱਭਿਆਚਾਰ ਦੀ ਗੱਲ ਕਰਦੇ ਨੇ ਸੱਭਿਆਚਾਰ ਇੱਕ ਇਹੋ ਜਿਹਾ ਸ਼ਬਦ ਹੈ ਜੀ ਇਹਨੂੰ ਨਾ ਜੇ ਦੀ ਵਿਆਖਿਆ ਕਰਨ ਲੱਗੀ ਹੈ ਤਾਂ ਇਹ ਬਹੁਤ ਵਿਸ਼ਾਲ ਹੈ ਕਿਉਂਕਿ ਸੱਭਿਆਚਾਰ ਕਿਸੇ ਇੱਕ ਗੱਲ ਨੂੰ ਨਹੀਂ ਜਾਂ ਭਾਸ਼ਾ ਨੂੰ ਜਾਂ ਸੀ ਇੱਕ ਕਿਸੇ ਚੀਜ਼ ਨੂੰ ਜਾਂ ਗੀਤ ਨੂੰ ਉਹਨੂੰ ਅਸੀਂ ਸੱਭਿਆਚਾਰ ਨਹੀਂ ਕਹਿ ਸਕਦੇ ਸਭਿਆਚਾਰ ਤਾਂ ਸਾਡੀ ਰਹਿਣੀ ਵਹਿਣੀ ਸਾਡੀ ਗੱਲਬਾਤ ਸਾਡੀ ਜਿਹੜੇ ਜਿਵੇਂ ਅਸੀਂ ਪਰਵਾਰਿਸ਼ ਸਾਡੀ ਹੁੰਦੀ ਹੈ ਤੇ ਸਾਡੇ ਘਰਾਂ ਚ ਕਿਹੜਾ ਸਮਾਨ ਹੈ ਜਿਹੜਾ ਉਹ 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 ਹੈ ਸਭਿਆਚਾਰ ਦੀ ਪਹਿਚਾਨ ਤੇ ਕਿਵੇਂ-ਕਿਵੇਂ ਪੁਰਾਣੇ ਲੋਕ ਰਹਿੰਦੇ ਸੀ ਉਹ ਡਿਵੈਲਪ ਕਰਦੇ ਕਰਦੇ ਕਿਹੜੀ-ਕਿਹੜੀ ਚੀਜ਼ ਦੀ ਤਰੱਕੀ ਹੋਈਗੀ ਉਸ ਦਾ ਸਭਿਆਚਾਰ ਨਾ ਕਈ ਰੰਗ ਨੇ ਸਭਿਆਚਾਰ ਦੇ ਕਿਸੇ ਇੱਕ ਚੀਜ਼ ਤੇ ਅਸੀਂ ਪਿੰਨ ਪੁਆਇੰਟ ਕਰਕੇ ਨਹੀਂ ਕਹਿੰਦੇ ਵੀ ਆਹ ਸਭਿਆਚਾਰ ਹੈ ਜਿਵੇਂ ਹੁਣ ਅੱਜ ਕੱਲ ਦੇ ਗੀਤਕਾਰ ਕਹਿੰਦੇ ਜੀ ਮੈਂ ਉਹ ਗਾਉਣ ਲੱਗਿਆਂ ਮੈਂ ਜੀ ਪੰਜਾਬੀ ਸਭਿਆਚਾਰ ਨੂੰ ਰੱਖਿਆ ਕਰਦਾ ਜੇ ਇਕੱਲੇ ਗਾਉਣ ਨਾਲ ਰੱਖਿਆ ਨਹੀਂ ਹੁੰਦੀ ਗਾਉਣ ਵੇਲੇ ਤੁਸੀਂ ਗਾਣੇ ਦੇ ਵਿੱਚ ਸ਼ਬਦਾਵਲੀ ਕਿਹੜੀ ਵਰਤ ਰਹੇ ਹੋ ਉਹਦੇ ਵਿੱਚ ਵਿਸ਼ਾ ਕਿਹੜਾ ਲੈ ਰਹੇ ਹੋ ਤੁਹਾਡੀ ਪ੍ਰੈਜੈਂਟੇਸ਼ਨ ਦੇ ਵਿੱਚ ਕੀ ਕੀ ਹੈ ਤੁਸੀਂ ਇਨਸਟਰੂਮੈਂਟ ਕਿਹੜੇ ਵਰਤ ਰਹੇ ਹੋ ਠੀਕ ਹੈ ਨਾ ਜੋ ਤੁਸੀਂ ਗੱਲ ਕਰ ਰਹੇ ਉਹਦੇ ਵਿੱਚ ਸਲੀਕਾ ਹੈ ਕਿ ਨਹੀਂ ਹੈ ਉਹਨੂੰ ਬਹਿ ਕੇ ਸਾਰੇ ਸੁਣ ਸਕਦੇ ਹੈ ਨਹੀਂ ਸੁਣ ਸਕਦੇ ਉਹ ਜਦੋਂ ਸਾਰੇ ਬਹਿ ਕੇ ਸੁਣਨਗੇ ਉਹ ਉਸਨੂੰ ਸੁਣਨਗੇ ਜਿਹਦੇ ਵਿੱਚ ਸਾਡਾ ਜਿਹੜਾ ਸੱਭਿਆਚਾਰ ਹੈ ਉਹਦਾ ਝਲਕਾਰਾ ਪੈਗਾ ਹੁਣ ਕੱਲਾ ਜਿਹੜਾ ਗਾਣਾ ਹੈ ਉਹ ਉਹਦੇ ਚ ਸ਼ੋਰ ਪਾ ਕੇ ਜਾਂ ਸੰਗੀਤ ਸੁਣਾ ਕੇ ਸੱਭਿਆਚਾਰ ਨਹੀਂ ਦਿਖਾਇਆ ਜਾ ਸਕਦਾ ਸੱਭਿਆਚਾਰ ਦੀ ਵਿਆਖਿਆ ਬਹੁਤ ਔਖੀ ਹੈ ਵਾਸਤੇ ਜੰਦ-ਜੰਦ ਦੀ ਗੱਲ ਕਰਦੇ ਆ ਤੇ ਆਣ ਵਾਲੇ ਨੌਜਵਾਨ ਨੇ ਜਿਹੜੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੂੰਗਾ ਉਹ ਤਾਂ ਮੈਂ ਆਪਣੇ ਗੁਰੂ ਜੀ ਵਾਲੇ ਸੰਦੇਸ਼ ਦੇਵਾਂਗਾ ਕਿ ਜਦੋਂ ਵੀ ਕਿਸੇ ਕੰਮ ਨੂੰ ਕਰਨਾ ਹੈ ਉਹਦੇ ਚ 101% ਦੇਣਾ ਹੈ ਇਹ ਚੀਜ਼ ਮੇਰੇ ਬਹੁਤ ਕੰਮ ਆਈ ਇਹ ਚੀਜ਼ ਨੇ ਮੈਨੂੰ ਪੜ੍ਹਾਈ ਵਿੱਚ ਵੀ ਫਾਇਦਾ ਦਿੱਤਾ ਇਹ ਚੀਜ਼ ਨੇ ਮੈਨੂੰ ਸਪੋਰਟ ਸਵਿਚ ਵੀ ਫਾਇਦਾ ਦਿੱਤਾ ਤੇ ਇਹਨੇ ਮੈਨੂੰ ਆਪਦੀ ਕਲਾਕਾਰੀ ਦੇ ਵਿੱਚ ਕਿਉਂਕਿ ਸਕੂਲ ਦੇ ਵੇਲੇ ਮੈਂ ਡਰਾਮੇ ਡੂਮੇ ਤਾਂ ਕਰਦਾ ਨਹੀਂ ਸੀ ਉਹ ਤਾਂ ਭੰਗੜਾ ਤੇ ਸਪੋਰਟ ਸੀ ਸੀ ਪਰ ਉਹਨਾਂ ਦੀ ਸਿੱਖਿਆ ਮੇਰੇ ਹਰ ਜਗ੍ਹਾ ਤੇ ਇਹ ਤਾਂ ਦੂਰ ਦੀ ਗੱਲ ਹੈ ਮਤਲਬ ਮੇਰਾ ਜੀਵਨ ਜਿਉਣ ਦੇ ਵਿੱਚ ਵੀ ਉਹਨਾਂ ਨੇ ਇੰਨੀ ਮਤਲਬ ਇਹ ਗੱਲ ਨੇ ਸਹਾਇਤਾ ਕੀਤੀ ਕਿ ਜਦੋਂ ਤੁਸੀਂ ਕੋਈ ਵੀ ਜ਼ਿੰਦਗੀ 'ਚ ਕੰਮ ਕਰਨਾ ਹੈ ਕੁਝ ਵੀ ਕਰਨਾ ਚਾਹੇ ਇਹ ਨਹੀਂ ਕਿ ਕਈ ਕਹਿੰਦੇ ਮੈਂ ਨੌਕਰੀਆ ਕਰਨੀ ਹੈ ਮੈਂ ਆਪਦੀ ਡਿਗਰੀਆ ਕਰਨੀ ਉਹ ਨਹੀਂ ਚਾਹੇ ਤੁਸੀਂ ਘਰੇ ਜਾ ਕੇ ਆਪਣਾ ਕੋਈ ਘਰ ਦਾ ਕੰਮ ਕਰਨਾ 101% ਦੇਣਾ ਜਦੋਂ ਜਿਹੜੇ ਕੰਮ ਚ ਲੱਗਣਾ ਹੈ ਉਦੋਂ ਉਸੇ ਚ ਹੀ ਰਹਿਣਾ ਤੁਹਾਡੇ ਦਿਲ ਦਿਮਾਗ ਤੇ ਕੋਈ ਹੋਰ ਚੀਜ਼ ਨਹੀਂ ਘੁੰਮਣੀ ਚਾਹੀਦੀ ਜੇ ਕੋਈ ਦੂਜੀ ਚੀਜ਼ ਘੁੰਮਦੀ ਹੈ ਇਹਦਾ ਤੁਸੀਂ 101% ਉਹਦੇ ਚ ਨਹੀਂ ਦਿੰਦੇ ਇਹ ਅੱਜ ਕੱਲ ਦੇ ਬੱਚਿਆਂ ਚ ਇਹ ਨਾ ਘਾਟ ਮਹਿਸੂਸ ਹੁੰਦੀ ਹੈ ਮੈਂ ਏਸੀ ਹੀ ਉਹਨਾਂ ਨੂੰ ਕਹੂੰਗਾ ਕਿ ਜਦੋਂ ਕਿਸੇ ਕੰਮ ਨੂੰ ਕਰਨਾ ਹੈ ਉਦੋਂ ਉਸੇ ਚ 101% ਦਿਓ ਔਰ ਮੈਂ ਇਹ ਮਤਲਬ ਯਕੀਨ ਨਾਲ ਜਾਂ ਦਾਵੇ ਨਾਲ ਕਹਿ ਸਕਦਾ ਕਿ ਜਿਹੜਾ ਬੰਦਾ ਇਹ ਕੋਸ਼ਿਸ਼ ਕਰੇਗਾ ਉਹ ਕਾਮਯਾਬ ਹੋਏਗਾ ਹੀ ਹੋਏਗਾ ਕਾਮਯਾਬੀ ਚੱਲ ਕੇ ਉਹਦੇ ਕੋਲ ਆਏਗੀ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਬਹੁਤ ਸੁਦਲ ਬਾਜ ਜੀ ਨੇ ਜਿਨ੍ਹਾਂ ਨੇ ਭੰਗੜਾ ਬਹੁਤ ਲੰਮੇ ਸਮੇਂ ਤੋਂ ਜਿੰਦਾ ਰੱਖਿਆ ਤੇ ਅੱਜ ਵੀ ਉਹਨਾਂ ਦੀ ਸੇਧ ਦਾ ਰਾਜ ਆ ਪਗੜਾਈਆ ਤੇ ਉੱਥੇ ਨੌਜਵਾਨਾਂ ਨੂੰ ਸੰਦੇਸ਼ ਦਿੰਦੇ ਨੇ ਕਿ ਜਿਸ ਵੀ ਕੰਮ 'ਚ ਉਹ ਮਹਾਰਤ ਹਾਸਲ ਕਰਨਾ ਚਾਹੁੰਦੇ ਨੇ ਉਹਦਾ 100% ਕਰਨਾ ਚਾਹੀਦਾ ਤਾਂ ਜੋ ਜ਼ਿੰਦਗੀ 'ਚ ਉਹਨਾਂ ਨੂੰ ਅੱਗੇ ਸਕਸੈਸ ਮਿਲ ਸਕੇ ਚੰਡੀਗੜ੍ਹ ਤੋਂ ਰਵੀ ਜਕ